ਚਮਕੀਲੇ ਦੇ ਲਈ ਤੁਸੀਂ ਗੀਤ ਲਿਖਦੇ ਰਹੇ, ਸਾਂਝ ਡਬਾਉਂਦੇ ਰਹੇ, ਮਿਹਨਤਾਨਾ ਕਿੰਨਾ ਕੁ ਦਿੰਦੇ ਸੀਗੇ? ਮਤਲਬ ਤੁਸੀਂ ਕਿਹਨਾਂ ਨੂੰ ਕਹਿੰਦੇ ਮਿਹਨਤਾਨਾ? ਚਮਕੀਲਾ ਹੁਰੀ ਕਿਹਨਾਂ ਨੂੰ? ਸਰਦੂਲ ਸਿਕੰਦਰ ਦੇ ਲਈ ਵੀ ਲਿਖਿਆ, ਜੈਜੀ ਬੀ ਦੇ ਲਈ ਘੁੱਗੀਆਂ ਦਾ ਜੋੜਾ ਵੀ ਲਿਖਿਆ, ਕਿਹੋ ਜਿਹਾ ਤਜਰਬਾ ਰਿਹਾ? ਇਹ ਬੰਦੇ ਨੇ ਐਡੀ ਬੇਈਮਾਨੀ ਕੀਤੀ, ਪਹਿਲਾ ਹੀ ਜਿਹੜਾ ਟਾਈਟਲ ਸੌਂਗ ਸੀ ਨਾ ਭਾਬੀ ਕਿਹਦੇ ਤੇ ਨੱਚ ਲੈ, ਜਦੋਂ ਸਿਆਣੇ ਕਹਿੰਦੇ ਹੁੰਦੇ ਵੀ ਲੱਗੀ ਯਾਰੀ ਤੋਂ ਲਵਾ ਲੇ ਤਖਤੇ ਤੇ ਟੁੱਟੀ ਤੋਂ ਚਗਾਠ ਪੱਟ ਲਈ, ਇਹ ਹੁਣ ਚਗਾਠ ਪੱਟਣ ਵਾਲੀ ਗੱਲ ਤਾਂ ਨਹੀਂ ਤੁਹਾਡੀ ਕਿਤੇ? ਤੁਸੀਂ ਉਹਨਾਂ ਤੋਂ ਜਾ ਕੇ ਪੁੱਛੋ ਵੀ ਸਵਰਨ ਸਿੰਘ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ। ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਹੁਣ ਜਿਹੜਾ ਸਮਾਂ ਉਹ ਬਹੁਤ ਅੱਗੇ ਲੰਘ ਗਿਆ, ਹੁਣ ਬਹੁਤ ਲੰਮਾ ਸਮਾਂ ਹੋ ਗਿਆ, ਇਹ ਕੰਮ ਤੁਹਾਨੂੰ ਪਹਿਲਾਂ ਕਰਨੇ ਚਾਹੀਦੇ ਸੀ? ਪਰ ਇਹਨਾਂ ਦੀਆਂ ਕਰਤੂਤਾਂ, ਚਲੋ ਇਹ ਤਾਂ ਇਹੋ ਜਿਹਾ ਸੀਗਾ, ਆ ਜਾਓ ਹੁਣ ਜੈਜੀਬੀ ਤੇ ਆ ਜਾਓ। ਇਹਦੇ ਵਿੱਚ ਘੁੱਗੀਆਂ ਦੇ ਜੋੜਾ ਦੇ ਨਾਲ ਰਾਤੋ ਰਾਤ ਸਟਾਰ ਬਣ ਗਿਆ, ਜੈਜੀਬੀ ਨੂੰ ਇੰਨਾ ਵੀ ਨਹੀਂ ਪਤਾ ਵੀ ਮੇਰੇ ਘਰ ਦੇ ਦਰਵਾਜ਼ੇ ਕਿਹੜੇ ਪਾਸੇ ਖੁੱਲਦੇ ਨੇ। ਖਾੜਕੂ ਸਿੰਘਾਂ ਨੇ ਨਹੀਂ ਕੀਤਾ ਤੁਹਾਡੇ ਕਹਿਣ ਮੁਤਾਬਕ, ਤੇ ਇਹ ਜਿਹੜਾ ਕਿਤੇ ਨਾ ਕਿਤੇ ਸ਼ਾਇਦ ਜਿਹੜੇ ਲੋਕ ਉਹਨਾਂ ਤੋਂ ਪਿੱਛੇ ਸੀ ਗਾਇਕੀ ਦੇ ਵਿੱਚ ਜਾਂ ਆਪਣਾ ਕੰਪੀਟੀਸ਼ਨ ਮੰਨਦੇ ਸੀ। ਤੁਹਾਨੂੰ ਕਲੂ ਵੀ ਨਹੀਂ ਅਜੇ ਦੇ ਸਕਦਾ, ਮੈਂ ਅਮਰ ਸਿੰਘ ਚਮਕੀਲੇ ਦੇ ਉੱਤੇ ਇੱਕ ਕਿਤਾਬ ਲਿਖਿਆ, ਉਹਦੇ ਐਂਡ ਦੇ ਵਿੱਚ ਇਹ ਸਾਰਾ ਮੈਂ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਮਿਨਿਸਟਰ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਧੈਣਾ, ਤੇ ਅੱਜ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਸਵਰਨ ਸਿਵੀਆ ਜੀ। ਸੋ ਕੱਲ੍ਹ ਜਿਹੜੀਆਂ ਗੱਲਾਂ ਬਾਤਾਂ ਰਹਿ ਗਈਆਂ ਸੀ ਉਹ ਅੱਜ ਸਾਰੀਆਂ ਅਸੀਂ ਜ਼ਰੂਰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਿਵੀਆ ਸਾਹਿਬ ਦਾ ਦੁਬਾਰਾ ਸਵਾਗਤ ਬਾਈ ਜੀ, ਫਿਰ ਇੱਕ ਵਾਰੀ ਸਵਾਗਤ ਹੈ। ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਿਰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਵੀਆ ਸਾਹਿਬ, ਕੱਲ੍ਹ ਜਿੱਥੇ ਆਪਾਂ ਗੱਲ ਖਤਮ ਕੀਤੀ ਸੀ ਕਿ ਤੁਸੀਂ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਸੰਸਕਾਰ ਹੋਇਆ ਚਮਕੀਲਾ ਸਾਹਿਬ ਦਾ, ਉਸ ਤੋਂ ਬਾਅਦ ਵਿੱਚ ਖਾੜਕੂ ਸਿੰਘ ਉੱਥੇ ਵੀ ਆਏ ਤਾਂ ਉਹ ਆਪ ਇਹ ਗੱਲ ਕਹਿ ਰਹੇ ਸੀ ਵੀ ਕਿਹਨੇ ਮਾਰਿਆ ਇਹਨਾਂ ਨੂੰ, ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ। ਸੋ ਗੱਲ ਫਿਰ ਉੱਥੇ ਆ ਕੇ ਰੁਕਦੀ ਹੈ ਕਿ ਖਾੜਕੂ ਸਿੰਘਾਂ ਨੇ ਨਹੀਂ ਕੀਤਾ ਤੁਹਾਡੇ ਕਹਿਣ ਮੁਤਾਬਕ, ਤੇ ਇਹ ਜਿਹੜਾ ਕਿਤੇ ਨਾ ਕਿਤੇ ਸ਼ਾਇਦ ਜਿਹੜੇ ਲੋਕ ਉਹਨਾਂ ਤੋਂ ਪਿੱਛੇ ਸੀ ਗਾਇਕੀ ਦੇ ਵਿੱਚ ਜਾਂ ਆਪਣਾ ਕੰਪੀਟੀਸ਼ਨ ਮੰਨਦੇ ਸੀ, ਕਿ ਇਹ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਗਿਆ, ਕਦੇ ਇਸ ਬਾਬਤ ਕੋਈ ਤੁਹਾਨੂੰ ਭਿਣਕ ਜਾਂ ਕੋਈ ਸਬੂਤ, ਕੋਈ ਇਹੋ ਜਿਹੀ ਗੱਲ ਪਤਾ ਲੱਗੀ ਹੈ? ਮੈਂ ਜੀ ਆਪਣੇ ਲੈਵਲ ਦੇ ਉੱਤੇ ਇਹਦੀ ਜਦੋਂ FIR ਦੀ ਕਾਪੀ ਲੈਣ ਵਾਸਤੇ ਗਿਆ ਸੀ ਜੀ, ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਇਹਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਗਈ ਆ? ਉਹ ਕਹਿੰਦੇ ਵੀ ਇਹਦੀ ਇਨਵੈਸਟੀਗੇਸ਼ਨ ਬਿਲਕੁਲ ਡੈਡ ਹੈ, ਵੀ ਸਾਨੂੰ ਕੋਈ ਕਲੂਏ ਨਹੀਂ ਮਿਲਿਆ ਹੈਗਾ। ਮੈਂ ਫਿਰ ਆਪਣੇ ਲੈਵਲ ਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਫਿਰ ਮੈਂ ਜੀ, ਕਿਉਂਕਿ ਮੈਂ ਖੁਦ ਕਚਹਿਰੀਆਂ ਦੇ ਵਿੱਚ ਲੱਗਿਆ ਹਾਂ ਜੀ। ਮੈਂ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਪੁਲਿਸ ਫਾਈਲਾਂ ਨੇ ਪੜ੍ਹਦਾ ਹੁੰਦਾ ਵੀ ਕਿੱਦਾਂ ਇਨਵੈਸਟੀਗੇਸ਼ਨ ਕਰਦੇ ਨੇ ਕਿੱਦਾਂ ਨਹੀਂ। ਮੈਂ 50% ਤਾਂ ਜਿਹੜਾ ਸਕਸੈਸਫੁੱਲ ਹੋ ਚੁੱਕਿਆ ਇਸ ਮਾਮਲੇ ਦੇ ਵਿੱਚ, ਤੁਹਾਨੂੰ ਕਲੂ ਵੀ ਨਹੀਂ ਅਜੇ ਦੇ ਸਕਦਾ। ਮੈਂ ਅਮਰ ਸਿੰਘ ਚਮਕੀਲੇ ਦੇ ਉੱਤੇ ਇੱਕ ਕਿਤਾਬ ਲਿਖਿਆ, ਉਹਦੇ ਐਂਡ ਦੇ ਵਿੱਚ ਇਹ ਸਾਰਾ ਮੈਂ ਖੁਲਾਸਾ ਲਿਖੂੰਗਾ। ਮੇਰੀ 50% ਜਿਹੜੀ ਇਨਵੈਸਟੀਗੇਸ਼ਨ ਅਜੇ ਬੈਲੈਂਸ ਆ ਜੀ, ਕਿਸੇ ਬਹੁਤ ਸਾਰੇ ਕਲੂ ਮੇਰੇ ਕੋਲ ਆ ਚੁੱਕੇ ਨੇ। 1988 ਦੇ ਵਿੱਚ ਕਤਲ ਕੀਤਾ ਗਿਆ, 8 ਮਾਰਚ 1988 ਨੂੰ। 1988 ਤੋਂ ਲੈ ਕੇ ਹੁਣ ਤੱਕ 50% ਹੈ ਜਿਹੜਾ ਉਹ ਤੁਸੀਂ ਸਫਲ ਹੋਏ ਆ? ਨਹੀਂ, 1988 ਤੋਂ ਸ਼ੁਰੂ ਇਨਵੈਸਟੀਗੇਸ਼ਨ 1988 ਤੋਂ ਸ਼ੁਰੂ ਨਹੀਂ ਸੀ ਕੀਤੀ। ਮੈਂ ਪਹਿਲਾਂ ਤਾਂ ਸਰਵਿਸ ਦੌਰਾਨ ਇਨਵੈਸਟੀਗੇਸ਼ਨ ਦਾ ਪਿਛਲੇ 5-7 ਸਾਲ ਤੋਂ ਸ਼ੁਰੂ ਹੋਈ ਹੈ। ਅੱਛਾ, ਮੈਂ ਉਸ SHO ਨੂੰ ਵੀ ਮਿਲ ਲਿਆ ਜਿਹੜਾ ਉਸ ਟਾਈਮ ਮੌਕੇ 'ਤੇ SHO ਸੀਗਾ, ਅਤੇ ਉਹਨਾਂ ਨੇ ਕੋਈ ਜਿਹੜੀ ਕੇਸ ਕਿਸੇ ਤਫਤੀਸ਼ੀ ਨੂੰ ASI ਨੂੰ ਨਹੀਂ ਦਿੱਤਾ ਸੀਗਾ, ਅਤੇ ਕੋਈ ਪੁਲਿਸ ਵੱਲੋਂ ਕੋਈ ਇਨਵੈਸਟੀਗੇਸ਼ਨ ਦੇ ਉੱਤੇ ਮਤਲਬ ਕਿਸੇ ਸਿਰੇ 'ਤੇ ਨਹੀਂ ਪਹੁੰਚੇ ਹੋਏ ਹੈਗੇ, ਕਿਉਂਕਿ ਅਨਨੋਨ FIR ਸੀਗੀ, ਕਿਸੇ ਦਾ ਨਾਂ ਨਹੀਂ ਸੀ ਉਹਦੇ ਵਿੱਚ। ਪਰ ਸਿਵੀਆ ਸਾਹਿਬ, ਇੱਕ ਸਵਾਲ ਦਾ ਜਵਾਬ ਜ਼ਰੂਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਦਿਓ, ਕਿ ਪਹਿਲਾਂ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਅਤੇ ਸਿੰਘਾਂ ਨੇ ਉਹਨਾਂ ਨੂੰ ਮਾਫ਼ ਵੀ ਕਰ ਦਿੱਤਾ, ਪਰ ਲੋਕ, ਕਿਉਂਕਿ ਜਿੰਨੇ ਮੂੰਹ ਉਨੀਆਂ ਗੱਲਾਂ ਜ਼ਰੂਰ ਹੁੰਦੀਆਂ ਨੇ, ਲੋਕ ਅੱਜ ਵੀ ਇਹੀ ਕਹਿੰਦੇ ਨੇ ਕਿ ਚਮਕੀਲਾ ਹੋਰੀ ਅੜ ਗਏ ਸੀ, ਉਹਨਾਂ ਦਾ ਇਹ ਕਹਿਣਾ ਸੀ ਵੀ ਮੈਂ ਤਾਂ ਇੱਦਾਂ ਦੇ ਹੀ ਗੀਤ ਗਾਊਂਗਾ, ਅਤੇ ਉਹ ਜਦਕਿ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸੀ ਤਾਂ ਵੀ ਉਹ ਲੱਚਰ ਗੀਤ ਗਾਉਣੋਂ ਨਹੀਂ ਹਟੇ, ਔਰ ਇਹੀ ਗੱਲ ਉਹਨਾਂ ਦੀ ਮੌਤ ਦੀ ਵਜ੍ਹਾ ਬਣੀ ਹੈ। ਇਹ ਬਿਲਕੁਲ ਰਿਊਮਰ ਹੈ, ਝੂਠੀ ਅਫਵਾਹ। ਅਮਰ ਸਿੰਘ ਚਮਕੀਲਾ, ਅਮਰ ਸਿੰਘ ਚਮਕੀਲੇ ਨੂੰ ਨਾ ਲੋਕ ਇੱਕ ਸਿੰਗਰ ਦੇ ਤੌਰ 'ਤੇ ਜਾਣਦੇ ਨੇ, ਅਮਰ ਸਿੰਘ ਚਮਕੀਲਾ ਨਿੱਜੀ ਲਾਈਫ ਦੇ ਵਿੱਚ ਕਿੰਨਾ ਡਰੂ ਅਤੇ ਕਿੰਨਾ ਵਧੀਆ ਇਨਸਾਨ ਸੀ ਉਹਦੇ ਬਾਰੇ ਲੋਕਾਂ ਨੂੰ ਬਹੁਤ ਘੱਟ ਹੈ। ਇੱਕ ਬਹੁਤ ਵੱਡੀ ਗੱਲ ਫੈਲਾਈ ਹੋਈ ਹੈ ਵੀ ਮੈਂ
25,000 रुपया कनेडा के खड़कवाते आया तो उन्होंने मैंने खुली छुट्टी देती है। ये भी सारी झूठ गल है ना, ये गल हुई सी ना इदा की कोई गलबात है, कनेडा वालों कोई अफवाह उड़ के आई हुई है। दूजी गल, अमर सिंह चमकीला कित भी नहीं अड़िया है भी मैं जोड़ा है खाड़कुआ मिल चुके हैं भी मैं हूँ गाऊँगा। खाड़कुआ ने इन कोई लसेंस नहीं दिता, अमर सिंह चमकीले तो गंदा गा हाँ, तो जोड़ा सगा अमर सिंह चमकीले ने अपनी गायकी के सुधार लिया। अमर सिंह चमकीले के जोड़े लास्ट एल पी ने एक भी गीत एक गीत को छड़ के बे तकदा रहे मैं सिखर दुपहरे नहाँदी सी क्योंकि प्री रिकॉर्डड एल पी सगा जो फिर मैं इनू अमर सिंह चमकीले ने कहा मैं भी आनी मैं तकदा रहा मैं सिखर दुपहरे नहाँदी सी ये अपने लिए बहुत होगा भी गीत को कढ़ाओ पिछों। फिर असी मैं आप खुद लीगल नोट्स टाइप करवा के एच एम बी भेजा तो एच एम बी की फाइल अजे भी लगे है नोट्स क्या फिर खुद मैं तो अमर सिंह चमकीला आप गए उत्थे गीत रिकॉर्ड करा के आए झग्गा चक चौधरी कहिंदे गुंडी रन प्रधान बागी भैड़ी लाओ बाओ लोको निगर गया जहान रब्बा तेरे रंग न्यारे भाइयों भाई मारे ये गीत रिकॉर्ड कराया। तुसी अज भी कोई इनले रिकॉर्ड इनले कार्ड किसी भी उहदा टेप का कढ़ो उत्थे लिखा झग्गा चक चौधरी लेकिन गीत बज रहा तकदा रहे मैं सिखर दुपहरे नहाँदी सी कंपनी ने फ्रॉड किया। वो गीत जिहड़ा झग्गा चक चौधरी सी वो तो उन्होंने तो फेड हो गया, पता नहीं कोई टैक्निकल रीजन सी पर कहिंदे चल इदां ही कढ़ दिओ। ते तुहाडे कहने दा भाव यह है भी जो कंपनी ने हेराफेरी की वह भी मौत का कारण बनी, मौत का कारण बनी है जी हाँ। ਹੁਣ ਇਹ ਦੱਸੋ ਵੀ ਚਮਕੀਲੇ ਦੇ ਲਈ ਤੁਸੀਂ ਗੀਤ ਲਿਖਦੇ ਰਹੇ, ਸਾਂਝ ਨਿਭਾਉਂਦੇ ਰਹੇ, ਮਿਹਨਤਾਨਾ ਕਿੰਨਾ ਕੁ ਦਿੰਦੇ ਸੀਗੇ? ਮਤਲਬ ਤੁਸੀਂ ਕਿਹਨਾਂ ਨੂੰ ਕਹਿੰਦੇ ਮਿਹਨਤਾਨਾ? ਚਮਕੀਲਾ ਹੁਰੀ ਕਿਹਨਾਂ ਨੂੰ? ਤੁਹਾਨੂੰ ਦੇਖੋ ਚਮਕੀਲੇ ਬਤੌਰ ਗੀਤਕਾਰ, ਦੇਖੋ ਚਮਕੀਲੇ ਨੇ ਵੈਸੇ ਤਾਂ ਮੈਨੂੰ ਆਪਣੇ ਭਰਾ ਦੇ ਤੌਰ ਤੇ ਬਣਾਇਆ ਹੋਇਆ ਸੀਗਾ, ਮਿਹਨਤਾਨਾ ਉਹ ਗੀਤ ਦਾ ਨਹੀਂ ਸੀ ਮੈਨੂੰ ਤਾਂ ਕਿਉਂਕਿ ਉਹਨੇ ਰਾਇਲਟੀ ਲਵਾਤੀ ਸੀਗੀ ਜੀ ਮੈਨੂੰ, ਮੈਨੂੰ ਪਹਿਲੇ ਨੰਬਰ 'ਤੇ ਮੈਨੂੰ ਏ ਕਲਾਸ ਦੀ ਰਾਇਲਟੀ ਲੱਗੀ ਸੀ ਪਹਿਲੇ ਗੀਤਾਂ ਦੇ ਵਿੱਚ, ਨਹੀਂ 20 ਗੀਤਾਂ ਤੋਂ ਬਾਅਦ ਰਿਕਾਰਡ ਹੁੰਦੀ ਆ, ਉਹਨੇ ਆਪ ਕਹਿ ਕਿਹਾ ਸੀ ਵੀ ਇਹਨੂੰ ਏ ਕਲਾਸ ਦੀ ਰਾਇਲਟੀ ਲਓ। ਵਾਹ, ਪਹਿਲਿਆਂ 'ਚ ਮੈਨੂੰ ਟੋਪ ਮੋਸਟ ਗਲਟੀ ਉਹਦੀ, ਫਿਰ ਮੰਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ, ਪਰ ਫਿਰ ਵੀ ਮੈਨੂੰ ਮੇਰੇ ਘਰ ਜਦੋਂ ਆਇਆ ਸੀਗਾ ਇੱਥੇ ਮੇਰੇ ਘਰ ਆਇਆ ਸੀ ਉਪਲਾਂ ਦੇ ਵਿੱਚ, ਅਤੇ ਉਦੋਂ ਉਹਨੇ ਦੇਖਿਆ ਸੀ ਵੀ ਮੇਰੇ ਮਾਤਾ ਜੀ ਬਿਮਾਰ ਨੇ, ਉਦੋਂ 10,000 ਰੁਪਇਆ ਦੇ ਗਿਆ ਸੀ, ਉਦੋਂ 10,000 ਰੁਪਇਆ ਬਹੁਤ ਜ਼ਿਆਦਾ ਹੁੰਦਾ ਸੀ 1988 ਦੇ ਵਿੱਚ ਨਾ 1986 ਦੇ ਵਿੱਚ, ਉਦੋਂ ਸਾਡੇ ਪਿੰਡ ਜਾਣੀ ਮਤਲਬ 10,000 ਰੁਪਏ ਦਾ ਇੱਕ ਏਕੜ ਜ਼ਮੀਨ ਆ ਜਾਂਦੀ ਸੀ, ਜਿਹੜੇ ਇੱਕ ਏਕੜ ਦੀ ਕਿਸੇ ਦਿਨ 66 ਲੱਖ ਰੁਪਇਆ ਕੀਮਤ ਰਹੀ ਹੈ, ਚਲੋ ਹੁਣ ਤਾਂ ਡਾਊਨਫਾਲ ਚੱਲ ਪਿਆ, ਅਤੇ ਉਹਨੇ ਮੈਨੂੰ ਕੁੱਲ ਮਿਲਾ ਕੇ ਜਾਣੀ 70,000 ਰੁਪਇਆ ਦਿੱਤਾ ਸੀ, ਸਮਝ ਲਓ ਤੁਸੀਂ ਅੱਜ ਦਾ ਮੈਨੂੰ ਉਹਨੇ 8.5 ਲੱਖ ਰੁਪਇਆ ਦੇ ਦਿੱਤਾ ਸੀਗਾ। ਅੱਛਾ, ਅਮਰ ਸਿੰਘ ਚਮਕੀਲੇ ਨੇ। ਬਾਕੀ ਸਾਡੀ ਇੱਕ ਹੋਰ ਬੜੀ ਪਲਾਨਿੰਗ ਸੀਗੀ, ਜਦੋਂ ਅਮਰ ਸਿੰਘ ਚਮਕੀਲਾ ਕੈਨੇਡਾ ਦੇ ਟੂਰ 'ਤੇ ਗਿਆ ਤਾਂ ਨਾਲ ਬੰਬੇ ਦੇ ਵੀ ਕੁਛ ਗਏ ਸੀ ਜਿਨ੍ਹਾਂ 'ਚ ਸ੍ਰੀ ਦੇਵੀ ਵੀ ਗਈ ਸੀਗੀ, ਅਤੇ ਜਦੋਂ ਇਹ ਅਮਰ ਸਿੰਘ ਚਮਕੀਲਾ ਹੁਣ ਆਪਣੇ ਕੰਮ ਦਾ ਮਾਸਟਰ ਸੀ, ਡਿਵੋਟਡ ਟੂ ਸਿੰਗਿੰਗ ਸੀ ਉਹਨੂੰ ਇਹ ਤਾਂ ਪਤਾ ਨਹੀਂ ਸੀ ਵੀ ਇਹ ਸ਼੍ਰੀ ਦੇਵੀ ਆ ਕਿਉਂਕਿ ਉਹ ਕਿਹੜਾ ਫਿਲਮਾਂ ਦੇਖਦਾ ਸੀਗਾ, ਜਿਵੇਂ ਆਪਣੇ ਦਰਦਾਰ ਸੰਧੂ ਸਾਹਿਬ ਨਾ ਅਖਬਾਰ ਪੜ੍ਹਦੇ ਸੀ ਨਾ ਸਾਹਿਤ ਪੜ੍ਹਦੇ ਸੀ, ਉਹ ਵੀ ਬਿਜ਼ੀ ਹੋ ਇੰਨਾ ਸੀ ਵੀ ਮਤਲਬ ਕਿ ਫਿਲਮ ਦੇਖਣ ਦਾ ਟਾਈਮ ਹੀ ਹੈ ਨਹੀਂ ਸੀ, ਆਹ ਚੀਜ਼ਾਂ ਤਾਂ ਉਦੋਂ ਆਈਆਂ ਨਹੀਂ ਸੀਗੀਆਂ ਮਤਲਬ ਸੋਸ਼ਲ ਮੀਡੀਆ ਵਗੈਰਾ ਤਾਂ, ਅਤੇ ਟੀ ਵੀ ਦੇਖਣ ਦਾ ਟਾਈਮ ਹੀ ਹੈ ਨਹੀਂ ਸੀਗਾ, ਉਹਨੇ ਕਿਤੇ ਫਿਲਮ ਜਿਹੜੀ ਸੀਗੀ ਨਗੀਨਾ ਦੇਖੀ ਹੋਈ ਸੀਗੀ, ਅਤੇ ਉੱਥੇ ਸ੍ਰੀ ਦੇਵੀ ਜਦਾਈ ਪੁੱਛ ਕੁਦਰਤੀ ਪੁੱਛ ਬੈਠਾ ਕਹਿੰਦਾ ਜੀ ਤੁਸੀਂ ਨਗੀਨਾ 'ਚ ਕੰਮ ਕੀਤਾ ਹੋਇਆ, ਉਹ ਅਗਲੀ ਜਲ ਗਈ, ਉਹਨੇ ਦੇਖਿਆ ਵੀ ਐਡੀ ਬੜੀ ਮੈਂ ਸਟਾਰ ਹਾਂ ਅਤੇ ਮੈਨੂੰ ਨਹੀਂ ਜਾਣਦਾ ਹੈਗਾ, ਹੁਣ ਉਹਨੂੰ ਕੀ ਪਤਾ ਸੀ ਪੰਜਾਬ ਦਾ ਸੁਪਰ ਸਟਾਰ ਆ ਇਹ। ਹੁਣ ਜਦੋਂ ਚਲੋ ਉੱਥੇ ਪਹਿਲੀ ਜਿਹੜੀ ਐਂਟਰੀ ਸੀਗੀ ਇਹਨਾਂ ਦੀ ਫਿਲਮਾਂ ਫਿਲਮਾਂ ਵਾਲਿਆਂ ਦੀ ਸੀਗੀਆਂ, ਤਾੜੀਆਂ ਤੁੜੀਆਂ ਵੱਜ, ਕਿਹੜੀ ਜਗ੍ਹਾ? ਕੈਨੇਡਾ। ਅੱਛਾ ਹਾਂ, ਅਤੇ ਜਦੋਂ ਫਿਰ ਅਮਰ ਸਿੰਘ ਚਮਕੀਲੇ ਦੀ ਐਂਟਰੀ ਹੋਈ ਜਦ 10 ਮਿੰਟ ਤਾੜੀਆਂ ਨਹੀਂ ਵੱਜਣ ਤੋਂ ਹਟੀਆਂ, ਉਹਦਾ ਅੱਖਾਂ ਤਾਂ ਉਹਨੂੰ ਉਦੋਂ ਖੁੱਲੀਆਂ ਵੀ ਹੈ ਸਟਾਰ ਤਾਂ ਇਹ ਆ, ਮੈਂ ਤਾਂ ਉਈ ਹੋਰ ਭੁਲੇਖੇ ਦੇ ਵਿੱਚ ਰਹੀ, ਅਤੇ ਫਿਰ ਜਦੋਂ ਉਹ ਗੀਤ ਜਦੋਂ ਤੀਜੀ ਵਾਰ ਫਰਮਾਇਸ਼ ਕੀਤੀ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਬਿਨਾਂ ਕਿਸੇ ਸਕ੍ਰਿਪਟ ਦੇ ਬਿਨਾਂ ਕਿਸੇ ਪ੍ਰੀ ਪਲਾਨ ਦੇ ਸ਼੍ਰੀ ਦੇਵੀ ਅਮਰ ਸਿੰਘ ਚਮਕੀਲੇ ਦਾ ਨੱਚਣ ਲੱਗ ਗਈ ਆ ਕੇ ਉੱਥੇ। ਤੁਸੀਂ ਇਹ ਦੇਖੋ ਵੀ ਪੰਜਾਬ ਦਾ ਬੱਬਰ ਸ਼ੇਰ ਗਾਉਂਦਾ ਹੋਵੇ ਅਤੇ ਜਿਹੜੀ ਟੌਪ ਮੋਸਟ ਜਿਹੜੀ ਸੋਹਣੀ ਮਤਲਬ ਹੀਰੋਇਨ ਬੰਬੇ ਦੀ ਨਾਲ ਨੱਚ ਰਹੇ ਹੋਵੇ, ਸੁਰਗ ਦਾ ਨਜ਼ਾਰਾ ਵੱਜਿਆ ਹੋਊਗਾ ਨਾ ਉੱਥੇ। ਹਾਂ, ਫਿਰ ਜਦੋਂ ਫਿਰ ਉਸ ਦਿਨ ਤੋਂ ਬਾਅਦ ਜਿਹੜੀ ਸ਼੍ਰੀ ਦੇਵ ਸੀ ਇਹਦੀ ਮਰੀਦ ਹੋ ਗਈ, ਫਿਰ ਇਹਨੇ ਅਮਰ ਸਿੰਘ ਚਮਕੀਲੇ ਨੂੰ ਕਿਹਾ ਵੀ ਚਮਕੀਲੇ ਤੂੰ ਹਿੰਦੀ ਫਿਲਮ ਬਣਾ, ਮੈਂ ਤੇਰੇ ਨਾਲ ਹੀਰੋਇਨ ਦਾ ਰੋਲ ਕਰੂੰ। ਹਾਂ, ਉਹ ਕਹਿੰਦਾ ਜੀ ਮੈਂ ਹਿੰਦੀ ਨਹੀਂ ਬੋਲਣਾ, ਮੇਰੀ ਤਾਂ ਪੰਜਾਬੀ ਦੀ ਜਿਹੜੀ ਪ੍ਰੋਨਾਊਂਸੀਏਸ਼ਨ ਖਰਾਬ ਹੋ ਚੁੱਕੀ, ਮਤਲਬ ਇੰਨਾ ਮੈਂ ਹਿੰਦੀ ਬੋਲ ਸਕਦਾ। ਉਹ ਕਹਿੰਦੀ ਕੋਈ ਗੱਲ ਨਹੀਂ ਵੀ ਮੈਂ ਤੈਨੂੰ 1 ਮਹੀਨੇ ਦੀ ਟ੍ਰੇਨਿੰਗ ਦਵਾ ਦੂੰ, ਕਹਿੰਦਾ 1 ਮਹੀਨੇ ਦੇ ਵਿੱਚ ਤਾਂ ਮੇਰਾ 10 ਲੱਖ ਦਾ ਨੁਕਸਾਨ ਹੋ ਜੂਗਾ, ਕਹਿੰਦਾ ਵੀ ਮੈਂ ਇੰਨਾ ਬਿਜ਼ੀ ਸ਼ਡਿਊਲ ਹੈਗਾ, ਕਹਿੰਦਾ ਤੁਸੀਂ ਪੰਜਾਬੀ ਬੋਲ ਪਾਓ, ਕਹਿੰਦੀ ਮੈਂ ਪੰਜਾਬੀ, ਕਹਿੰਦਾ ਆਪਾਂ ਚਲੋ ਪੰਜਾਬੀ ਫਿਲਮ ਬਣਾ ਲੈਂਦੇ ਹਾਂ। ਫਿਰ ਪੰਜਾਬੀ ਫਿਲਮ ਤੈਅ ਵੀ ਹੋ ਗਈ ਤੀ, ਨਾਨਕੇ ਫਿਲਮ ਬਣਾਉਣੀ ਸੀ ਇਹਦੇ ਨਾਲ, ਮੰਨ ਗਈ ਸੀ ਕਹਿੰਦੀ ਮੈਂ ਤੇਰੇ ਨਾਲ ਫ੍ਰੀ ਕੰਮ ਕਰੂੰਗੀ ਕਿ ਤੂੰ ਐਡਾ ਸਟਾਰ ਹੈਗਾ। ਜਦੋਂ ਜਿੰਨੇ ਵੀ ਆਟੋਗ੍ਰਾਫ ਸੀ, ਜੇ 10 ਬੰਦੇ ਸ੍ਰੀ ਦੇਵੀ ਤੋਂ ਆਟੋਗ੍ਰਾਫ ਲੈਂਦੇ ਸੀ ਤਾਂ 20 ਬੰਦੇ ਚਮਕੀਲੇ ਤੋਂ ਲੈਂਦੇ ਸੀਗੇ। ਹਾਂ, ਅਤੇ ਇੱਥੋਂ ਮੰਨ ਗਈ। ਫਿਰ ਉਹ ਨਾਨਕੇ ਫਿਲਮ ਦਾ ਕੀ ਬਣਿਆ? ਨਾਲ ਚਮਕੀਲੇ ਦੇ ਨਾਲੇ ਚਲੀ ਗਈ ਜੀ, ਫਿਰ ਨਾਨਕੇ ਦਾ ਕੀ ਬਣਨਾ ਸੀ? ਅੱਛਾ ਅੱਛਾ।
ਬਹੁਤ ਦੁੱਖ ਦੀ ਗੱਲ ਹੈ ਵੀ ਇੱਕ ਫਿਲਮ ਜਿਹਦੇ ਵਿੱਚ ਸ਼ਾਇਦ ਅਸੀਂ ਦੋਵਾਂ ਨੂੰ ਦੇਖਦੇ ਤੇ ਉਹ ਫਿਲਮ ਨਹੀਂ ਦੇਖ ਸਕੇ। ਤੁਸੀਂ ਬਹੁਤ ਸਾਰੇ ਹੋਰ ਕਲਾਕਾਰਾਂ ਦੇ ਲਈ ਵੀ ਲਿਖਿਆ, ਸਰਦੂਲ ਸਿਕੰਦਰ ਦੇ ਲਈ ਵੀ ਲਿਖਿਆ, ਜੈਜੀ ਬੀ ਦੇ ਲਈ ਘੁੱਗੀਆਂ ਦਾ ਜੋੜਾ ਵੀ ਲਿਖਿਆ, ਕਿਹੋ ਜਿਹਾ ਤਜਰਬਾ ਰਿਹਾ ਇਹਨਾਂ ਲੋਕਾਂ ਦੇ ਵਿੱਚ, ਬਹੁਤ ਮਸ਼ਹੂਰ ਘੱਟ ਮਸ਼ਹੂਰ ਦਰਮਿਆਨੇ ਕਲਾਕਾਰਾਂ ਦੇ ਵਿੱਚ ਵਿਚਰਨ ਦਾ? ਤੁਹਾਡਾ ਤਕਰੀਬਨ 700-800 ਗੀਤ ਰਿਕਾਰਡ ਹੋਇਆ, ਤਜਰਬਾ ਕਿਹੋ ਜਿਹਾ ਰਿਹਾ? ਸਰਦੂਲ ਤੱਕ ਜਾਣ ਦਾ ਕੀ ਸਬਬ ਹੋਇਆ? ਜਦੋਂ ਗੀਤ ਮੇਰੇ ਹਿੱਟ ਹੋ ਗਏ, ਇਹ ਅਮਰ ਸਿੰਘ ਚਮਕੀਲਾ ਕਹਿੰਦਾ ਵੀ ਦੇਖ ਸਵਰਨ ਸਿੰਘ ਗੱਲ ਹੈਗੀ ਇਹ, ਤੂੰ ਮੈਨੂੰ ਮੰਨਦਾ ਵੀ ਮੈਂ A1 ਕਲਾਕਾਰ ਹਾਂ? ਮੈਂ ਕਿਹਾ ਮੈਂ ਕੀ, ਸਾਰੀ ਦੁਨੀਆ ਮੰਨਦੀ ਆ। ਕਹਿੰਦਾ ਦੇਖ ਤੂੰ ਲਿਖਦਾ ਬਹੁਤ ਵਧੀਆ, ਵੀ ਧਾਰਮਿਕ ਤਾਂ ਤੇਰੇ ਵਰਗਾ ਮੈਂ ਨਹੀਂ ਲਿਖ ਸਕਦਾ ਹੈ, ਕਦੇ ਸੋਚ ਵੀ ਨਹੀਂ ਸਕਦਾ, ਤੂੰ ਦੂਜੇ ਗੀਤ ਵੀ ਕਿੰਨੇ ਵਧੀਆ ਲਿਖਦਾ, ਵੀ ਤੇਰੇ ਅੰਦਰ ਵੀ ਇਹ ਸਸਪੈਂਸ ਰਹੂ ਅਤੇ ਮੇਰੇ ਅੰਦਰ ਵੀ ਇਹ ਦੁਬਿਧਾ ਰਹੂਗੀ ਵੀ ਮੇਰੇ ਕਰਕੇ ਗੀਤ ਚੱਲੇ ਨੇ ਸੀਗੀ ਇਹਦੇ, ਵੀ ਹੁਣ ਤੂੰ ਨਵਾਂ ਸਟਾਰ ਪੈਦਾ ਕਰ। ਮੈਂ ਕਿਹਾ ਵੀ ਗੱਲ ਹੈਗੀ ਇਹ ਵੀ ਦੇਖ ਮੈਂ ਤਾਂ, ਮੇਰੀ ਤਾਂ ਦੌੜ ਜਾਂ ਕਚਹਿਰੀ ਤੱਕ ਆ ਜਾਂ ਤੇਰੇ ਦਫ਼ਤਰ ਤੱਕ, ਮੈਂ ਤਾਂ ਕਿਸੇ ਕਲਾਕਾਰ ਨੂੰ ਜਾਣਦਾ ਹੀ ਨਹੀਂ, ਤੂੰ ਮੈਨੂੰ ਦੱਸ ਵੀ ਜਿਹੜਾ ਨਵਾਂ ਮੁੰਡਾ ਕੋਈ ਗਾਉਣ ਵਾਲਾ ਹੈਗਾ। ਉਹ ਕਹਿੰਦਾ ਵੀ ਇੱਥੇ ਸਦੀਕ ਸਾਹਿਬ ਦੇ ਨਾਲ ਇੱਕ ਮੁੰਡਾ ਹਾਰਮੋਨੀਅਮ ਵਜਾਉਂਦਾ, ਕਦੇ ਕਦੇ ਮਾਨਕ ਸਾਹਿਬ ਵੀ ਚੱਲ ਜਾਂਦਾ, ਸਰਦੂਲ ਸਿਕੰਦਰ, ਵੀ ਵਧੀਆ ਗਾਉਂਦਾ, ਵੀ ਤੈਨੂੰ ਲੈ ਕੇ ਜਾਂਦਾ ਮੈਂ ਤੇ। ਚਲੋ ਮੈਂ ਕਿਹਾ ਭਾਈ ਚੱਲਦੇ ਹਾਂ ਆਪਾਂ। ਇਹ ਮੈਨੂੰ ਅਮਰ ਸਿੰਘ ਚਮਕੀਲਾ ਆਪ ਆਪਣੀ ਗੱਡੀ ਦੇ ਵਿੱਚ ਖੰਨੇ ਤੱਕ ਲੈ ਕੇ ਗਿਆ, ਉੱਥੋਂ ਇਹ ਆਪਣੇ ਮਿੱਤਰ ਦੋਸਤ ਦੇ ਘਰੇ ਠਹਿ ਗਿਆ, ਵੀ ਉਹਨੂੰ ਪਤਾ ਸੀ ਵੀ ਜੇ ਮੈਂ ਚਲੇ ਗਿਆ ਤਾਂ ਸਰਦੂਲ ਨੇ ਇਹਦੇ ਵੱਲ ਘੱਟ ਧਿਆਨ ਦੇਣਾ ਤਾਂ ਮੇਰੇ ਵੱਲ ਵੱਧ ਹੋਊਗਾ, ਉੱਥੋਂ ਮੈਨੂੰ ਕਿਸੇ ਹੋਰ ਬੰਦੇ ਨਾਲ ਭੇਜਤਾ। ਜਦੋਂ ਮੈਂ ਸਰਦੂਲ ਸਿਕੰਦਰ ਦੇ ਘਰੇ ਗਿਆ, ਇਹ ਘਰੇ ਸੀਗਾ, ਇਹਨੇ ਮੇਰੀ ਬਹੁਤ ਰਿਸਪੈਕਟ ਕੀਤੀ, ਪੈਰੀਂ ਹੱਥ ਲਾਇਆ ਮੇਰੇ। ਇੰਨੀ ਨਿਹਾਇਤ ਗਰੀਬੀ ਮੈਂ ਕਿਸੇ ਦੇ ਘਰ ਨਹੀਂ ਦੇਖੀ ਟੈਣਾ ਸਾਹਿਬ, ਜਿਹੜੀ ਮੈਂ ਉਸ ਦਿਨ ਸਰਦੂਲ ਦੇ ਘਰੇ ਦੇਖੀ ਸੀ। ਅੱਛਾ ਜੀ। ਇੱਕ ਫਰਿੱਜ ਨੂੰ, 165 ਲੀਟਰ ਦੇ ਫਰਿੱਜ ਨੂੰ ਉਹ 5-star ਹੋਟਲ ਦੇ ਬਰਾਬਰ ਫੈਸਿਲਿਟੀ ਮੰਨਦਾ ਸੀ। ਤੁਸੀਂ ਇਹ ਦੇਖ ਲਓ ਵੀ ਕਿੰਨੀ ਗਰੀਬੀ ਹੋਊ ਉਹਦੇ ਘਰੇ। ਕੱਪੜੇ ਲੀੜੇ ਤੋਂ ਬਸਤੀ ਤੋਂ ਪਤਾ ਲੱਗਦਾ ਵੀ ਗਰੀਬ ਬਸਤੀ ਜਿਵੇਂ ਹੁੰਦੀ ਆ, ਮਤਲਬ ਹਾਂ ਬਹੁਤ ਗੰਦ ਪਿਆ ਸੀ ਘਰ ਦੇ ਵਿੱਚ। ਮੈਂ ਕਿਹਾ ਯਾਰ ਜੇ ਬੰਦੇ ਦੀ ਕਦੇ ਜ਼ਿੰਦਗੀ ਸੁਧਰ ਗਈ ਜਾਂ ਹੁਣ ਚਮਕੀਲੇ ਨੇ ਭੇਜਿਆ ਸਰੀਲਾ ਹੀ ਬੰਦਾ, ਉਹ ਮੈਂ ਕਿਹੜਾ ਇਹਨੂੰ ਸੁਣਿਆ ਸੀ। ਹਾਂ ਮੈਨੂੰ ਇੰਨਾ ਕੁ ਪਤਾ ਦਿੱਤੀ ਵੀ ਰੋਡਵੇਜ਼ ਦੀ ਲਾਰੀ, ਮੈਂ ਗੀਤ ਸੁਣਿਆ ਸੀ, ਮੈਨੂੰ ਨਹੀਂ ਸੀ ਪਤਾ ਵੀ ਸਰਦੂਲ ਦਾ ਗਾਇਆ ਹੋਇਆ। ਅੱਛਾ ਜੀ। ਹਾਂ ਚਲੋ ਜੀ, ਮੈਂ ਦੱਸਿਆ, ਕਹਿੰਦਾ ਬਾਬੇ ਵੀ ਮੈਂ, ਤੁਸੀਂ ਤਾਂ ਕਹਿੰਦਾ ਮਤਲਬ ਕੀੜੀ ਦੇ ਘਰੇ ਨਰਾਇਣ ਆਇਆ ਵੀ ਤੁਸੀਂ ਕਰੋ। ਚਲੋ ਜੀ, ਕੈਸਟ ਰਿਕਾਰਡ ਹੋ ਗਈ, ਟਹਿਣਾ ਸਾਹਿਬ ਭਾਬੀ ਇਹ ਗਿੱਧੇ ਦੇ ਵਿੱਚ ਨੱਚ ਲਿਆ, ਜਿਹਦੇ ਵਿੱਚ ਮੇਰੇ 7 ਗੀਤੇ, ਟੋਟਲ 9 ਗੀਤ ਸੀ ਉਹਦੇ ਵਿੱਚ ਗੀਤ। ਇਹ ਬੰਦੇ ਨੇ ਐਡੀ ਬੇਈਮਾਨੀ ਕੀਤੀ, ਪਹਿਲਾ ਗੀਤ ਜਿਹੜਾ ਟਾਈਟਲ ਸੌਂਗ ਸੀ ਨਾ ਭਾਬੀ ਗਿੱਧੇ 'ਤੇ ਨੱਚ ਲਿਆ, ਉਹ ਲਾਭ ਤਾਮੀ ਵਾਲੇ ਦੇ ਨਾਂ 'ਤੇ ਪਾਤਾ। ਲਿਖਿਆ ਤੁਹਾਡਾ? ਲਿਖਿਆ ਮੇਰਾ ਜੀ, ਕਿਤਾਬ ਦੇ ਵਿੱਚ ਵੀ ਮੇਰਾ ਨਾਂ ਛਪਿਆ। ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਸਰਦੂਲ ਪਹਿਲੇ ਗੀਤ 'ਤੇ ਬੇਈਮਾਨੀ? ਮੈਂ ਕਿਹਾ ਫਿਰ ਉਹ ਕੁਦਰਤਨ ਕਿਤੇ ਇੱਕ ਦਿਨ ਸੋਸ਼ਲ ਮੀਡੀਆ 'ਤੇ ਵੱਜਿਆ ਸੀ, ਮੈਂ ਸਾਰਾ ਲਿਖਤਾ ਵੀ ਇਹ ਮੇਰਾ ਗੀਤ ਸੀਗਾ, ਵੀ ਇਹ ਸਰਦੂਲ ਨੇ ਪਤਾ ਨਹੀਂ ਕਿਸ ਕਾਰਨ ਕਰਕੇ ਲਾਭ ਚਤਾਮੀ ਵਾਲੇ ਦੇ ਅੰਦਰ ਲਾ ਤਾ। ਉਹ ਤਾਂ ਕਸ਼ਮਕਸ਼ ਚੱਲ ਪਈ, ਅਸ਼ੋਕ ਭੋਰੇ ਨੇ ਵੀ ਹੱਕ ਪੂਰਿਆ ਇਹਦਾ ਦੂਜੇ ਦਾ ਹੀ, ਬਿਨਾਂ ਕਿਸੇ ਪਰੂਫ ਦੇ ਸਰਦੂਲ ਦਾ ਹੀ। ਫਿਰ ਕੁਦਰਤ ਮੇਰੀ ਗੁੱਡ ਲੱਕ, ਕਿਉਂਕਿ ਮੈਂ ਸੱਚਾ ਸੀ, ਇਹਦਾ ਸਪਸ਼ਟੀਕਰਨ ਆ ਗਿਆ ਲਾਭ ਚਤਾਮੀ ਵਾਲੇ ਦਾ, ਵੀ ਗਈ ਤਾਂ ਸਵਰਨ ਸਿਵੀ ਦੇ ਲਿਖਿਆ, ਮੈਂ ਸਰਦੂਲ ਲਿਖਿਆ ਸੀ, ਸਰਦੂਲ ਤੂੰ ਬਹੁਤ ਵੱਡੀ ਗਲਤੀ ਕੀਤੀ ਆ, ਇੱਕ ਗੀਤ ਬੰਦੇ ਲਈ ਪੁੱਤਾਂ ਦੇ ਬਰਾਬਰ ਹੁੰਦਾ, ਇੱਕ ਪੁੱਤ ਦੂਜੇ ਦੇ ਨਾਂ 'ਤੇ ਝੋਣਾ ਵੀ ਤੂੰ, ਕਿਉਂਕਿ ਮੇਰੇ ਕੋਲ ਕਹਿੰਦਾ ਘਾਟ ਸੀ ਕਿਸੇ ਗੱਲ ਦੀ, ਵੀ ਇਹ ਕਿਸੇ ਦਿਨ ਇਸ਼ੂ ਉੱਠੂਗਾ ਇਹਦੇ ਨਾਲ ਮੇਰਾ ਵੀ ਮੂੰਹ ਕਾਲਾ ਹੋਊਗਾ। ਹੁਣ ਉਹ ਅੰਮ੍ਰਿਤਧਾਰੀ ਬੰਦੇ ਨੇ, ਰੱਬ ਦਾ ਰੂਪ ਬੰਦੇ ਨੇ ਲਾਭ ਚਤਾਮਣੀ ਵਾਲੇ, ਉਹਨਾਂ ਨਾਲ ਤਾਂ ਮੈਨੂੰ ਕੋਈ ਰੋਸਾ ਨਹੀਂ ਸੀ, ਵੀ ਇਹਨੇ ਇੱਕ ਉਹਦੇ ਵਿੱਚ ਗੀਤ ਸੀ, ਚੂੜੀਆਂ ਵੀ ਪਾਈਆਂ ਨਾਲੇ ਝਾਂਜਰਾਂ ਵੀ ਪਾਈਆਂ, ਮੁੱਢਿਆਂ 'ਤੇ ਗਜਲ ਮੈਂ ਗੁੱਤਾਂ ਕਟਿਆਈਆਂ, ਇੱਕ ਧਰਤੀ ਦੀ ਚੁੰਬ ਧਰ ਗਿੱਧੇ ਵਿੱਚ ਵੜ ਗਈ, ਗਿੱਧਿਆਂ ਦੀ ਰਾਣੀ ਗਿੱਧਿਆਂ ਦੀ ਰਾਣੀ ਗਿੱਧੇ ਵਿੱਚ ਵੜ ਗਈ, 27 ਮੈਂ ਭੁੱਲ ਗਿਆ, ਉਹ ਪੈਸੇ ਲੈ ਕੇ ਇੱਕ ਹੋਰ ਮੁੰਡੇ ਦੇ ਨਾਂ 'ਤੇ ਪਾਤਾ। ਮੈਂ ਸੋਚਿਆ ਯਾਰ, ਮੈਂ ਕਿਹਾ ਬੰਦੇ ਨੇ ਪਹਿਲੀ ਸ਼ੁਰੂਆਤ 'ਤੇ ਬੇਈਮਾਨੀ ਨਾਲ ਕੀਤੀ ਹੈਗੀ ਆ, ਵੀ ਇਹ ਤੋਂ ਗਾਹਾਂ ਕੀ ਰੱਖਾਂਗੇ। ਮੈਂ ਕਿਤੇ ਚਮਕੀਲੇ ਨੂੰ ਦੱਸਤਾ, ਮੈਂ ਯਾਰ ਗੀਤ ਤਾਂ ਆ ਗਏ ਬਈ, ਉਹ ਬੰਦਾ ਬੇਈਮਾਨ ਆ ਜੀ। ਉਹ ਕਹਿੰਦਾ ਨਹੀਂ, ਗਰੀਬੀ ਬੜਾ ਕੁਛ ਕਰਾ ਦਿੰਦੀ ਆ, ਤੂੰ ਕੋਈ ਨਾ ਗੱਲ ਚਿੰਤਾ ਨਾ ਕਰ। ਅਤੇ ਫਿਰ 31 ਦਸੰਬਰ 1986 ਨੂੰ ਜਿਹੜੀ ਫੇਅਰਵੈਲ ਨਾਈਟ ਹੁੰਦੀ ਆ ਨਵੇਂ ਸ਼ਹਿਰ ਨਵੇਂ ਸਾਲ ਵਾਲਾ ਪ੍ਰੋਗਰਾਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਇਹਦਾ ਗੀਤ ਲੱਗਿਆ, ਮੇਰਾ ਲਿਖਿਆ ਗੀਤ, ਬੰਨ ਆਉਂਦੀਆਂ ਨੇ ਗਿੱਧੇ ਵਿੱਚ ਡਾਰਾ ਰੂਪ ਲੱਦੀਆਂ, ਮਜਾਜ ਨਾਲ ਪੱਟੀਆਂ, ਗਿੱਧੇ ਦੇ ਵਿੱਚ ਪੌਣ ਭੜ ਤੂੰ ਮਾਝੇ ਮਾਲਵੇ ਦੁਆਬੇ ਦੀਆਂ ਚੱਟੀਆਂ, ਉਹਦੇ ਨਾਲ ਇਹ ਰਾਤੋ ਰਾਤ ਸਟਾਰ ਬਣਿਆ। ਫਿਰ ਮੇਰੇ ਅੱਗੇ ਗੀਤ ਆਏ, ਰੀਲਾਂ ਦੀ ਦੁਕਾਨ ਕੈਸਟ ਆਈ, ਫਿਰ ਜਦ ਨਵੀਂ ਵਿਆਹੀ ਨੱਚੀ ਉਹਦੇ ਵਿੱਚ 7 ਗੀਤ ਮੇਰੇ ਸੀ, 1 ਗੀਤ ਅਸ਼ੋਕ ਭੋਰੇ ਦਾ ਲਿਖਿਆ ਸੀਗਾ, ਅਤੇ ਨੀ ਤੂੰ ਆਣ ਕੇ ਲੰਡਨ, ਬਹੁਤ ਗੀਤ ਆਏ ਜੀ। ਇਹਨੇ ਮੇਰੇ ਗੀਤਾਂ ਦੇ ਨਾਲ
इस बंदे ने तीन चार कनेडा यूके ते यूरोप दे कंट्रियां दे ने ट्रिप लाए। नहीं पर तुसी जेड़े तुसी गीतां दी गल कर रहे हो भी थोड़े लिखे हुए सी पर ना किसे होर दा वाजदा रहा उना गीतां दी, इस बाबत उनां नाल बैठ के गलबात नहीं कीती भी की कारण आ क्यों मेरे नाल तो कीती जी मैं कीती जदों पहली वारी तुसी कहने हो भी मेरे नाल एदां होगी जी ते बंदा तो उदों ही फिर सोच लैंदा भी भाई मैं कम नहीं करना, तुसी कम भी करी गए। फिर चमकीला कहिंदा गरीबी दी पता नहीं किस कारण करके सीधा ही भी पैसे लेके लाए ने कारण की चमकीले ने सीधा तैनूं कह दिया, तो मतलब यही है भी बंदा कई कंप्रोमाइज कर जाता। चलो आप छड़ के मैं अगली बार समझू, अगली बार फिर इदा कुछ नहीं किया फिर इन्हें, फिर तो गीत मेरे ने पाँदा रहा है। फिर मैंने मेरी घर वाली कहती भी मैं तो तुमने तो लै कुछ इदा हूँ तो सिरे का स्टार बन गया, मैं हाँ कोई ना लै लेंगे। फिर ना जो इन्हों होया दूजा ब्याह अखबार के न्यूज़ आ गई भी सरदूल सिकंदर ते नूरी का ब्याह फलानी तीर, मैं सोचा यार मैं क्या बंदे दियाँ जड़ा मैं लाइया ने तो मैनू कोई इनविटेशन है नहीं, मैं सोच लिया भी कोई गड़बड़ा ये पिछले। चलो जी ब्याह तो चार पाँच दिन बाद मैं चले गया, ये को मेरिया डायरिया सो पूरी फड़ाती मैं तो ये जो चंगे गीत तो कट के गा दिया करें ओरिजिनल डायरिया कोई मेरे कॉपी नहीं रखी हुई। तो फिर मैं सरदूल मेरी डायरिया मोड़ दे कहना भी डायरिया तो तेरिया जड़िया है वह जहाज रह गई। मैं सरदूल जहाज ही तूड़ी वाला ट्रक से मैं पढ़िया लिखा बंदा मैं जट्टा का मुंडा भी तू मेरा प्यार देखा कि मैं जे कि जट्टा वाली जित आ गया मैं तेरे हड्डा चो डायरिया कड़ लूँ इन्हें जल लिया कि डायरिया फड़ा दी। देखो गल यह आ कि जो ना सियाने कहते होंगे भी लगी यारी तो लवाले तख्ते हाँ। तो टुटी तो चगाठ पट ली हाँ। हूँ चगाठ पटने वाली गल तो नहीं कि भाई जो हम नहीं बनती तो फिर आप इदा गल कर तो जाके पुछो भी सवरण सिंह सच बोल रहा कि झूठ बोल रहा थोड़े लिए दरवाजे वे भी खुले ने बाकी मेरे को रिटर्न प्रूफ पे ने मैं रब ने बहुत कुछ दिता है मैं गजटेड वन ऑफिसर हाँ लख रुपये करीब मेरी तनखा हैगी है मैं इं रब ने कुछ नहीं मतलब कि तरह पर इन्हों करतूत चलो ये तो यह जहाँ आज हम जे जी बी ते आज जे जी बी तो कोई माड़ा नहीं NRI बंदा सी मेरे चार गीस बाई पोस्ट त्रिलोक सिंह थी कोट गंगूरा जो दोस्त ही दोस्त कोट गंगूरा थी जतेंद्र सिंह जज बेचारे की डैथ हो गई उन्हें मेरे तो मंगाए ने चारे गीत रिकॉर्ड कराते गीत गिद्धे घुग्गिया जोड़ा देने रातों रात स्टार बन गया। जे जी बी इन्ना भी नहीं पता भी मेरे घर के दरवाजे किहड़े पासे खुलते हैं लैण देण का करना कोई एक पासे दा कोई फर्ज नहीं बनता भी मेरे जीत तो करते हैं। टैणा साहब जिहड़े कलाकार हुंदे ने जिन्होंने स्टेज ते चढ़ के दूजे कोलों पैसा फड़ लिया ना आपदा प्यो दे पुत नहीं हुंदे पैसे दे पुत हुंदे ने जिड्डा मर्जी कलाकार होवे। फिर मैं यह किया जिहड़े तख्ते पट्टे फिर वो तख्ते किदां पट्टे मैं कदे दुर्गे रंगीले नूं प्रितपाल सिंह बैंस दे उहदे विच देखिया ते मैं कहा बंदे दीआं बड़े वधिया हरकतां मारदा बड़िया मुरकियां वधिया लगदे ने। मैं चमकौर साहब दुर्गे कोल चल गया मैं दुर्गे आह गीत गाउणे ने कहिंदा बाबे मैं गाऊंगा गीत गाते केड़े-केड़े गाने दुर्गे रंगीले ने गाए तुहाडे दुर्गे रंगीले ने बैठा मित्रा जी दे नाल इक तन के साडी कदे हुर हुंदी सी ते होया तेरा लीरा लीरा हो गया पंजाब बाबा ननकाने वालिया डोली चक्क्यो कुहारो फिर मशूक दी पहला अठ थी जाओ अठाओ इहदे यार दी होर बहुत गीत ने 16-17 गीत मेरे रिकॉर्ड कराए। सिविया साहब आपां गायकां दे नाल थोड़े रिश्तेयां दे बारे च तो बहुत गल्लां कर लईआं थोड़ी गायकी दे बारे च भी कुछ क गल्लां कीतीआं पर थोड़े पिछोकड़ बारे भी मैं चाहुंदी आं भी कुछ क गल्लां जरूर सांझीआं होण भी थोड़ी शुरुआत कित्थों होई क्योंकि कदों दा इह सवाल मेरे मन दे विच है कि थोड़ी डायरी तां चमकीला साहब ने गड्डी दे विच पढ़ लई सी पर लिखण दा शौक ते इह शुरुआत लिखण दी इह कित्थों होई सी। नाले इक दो गाणे भी सुणा दिओ ना जिहड़ा शौक बचपन दा दब्बी फिरदे हो ਅੱਜ ਬਾਹਰ ਕੱਢ ਲਓ। ਠੀਕ ਹੈ ਜੀ ਠੀਕ ਹੈ। ਮੇਰਾ ਜੀ ਜਨਮ ਪਿੰਡ ਉੱਪਲਾਂ ਜਿੱਥੇ ਹੁਣ ਤੁਸੀਂ ਬੈਠੇ ਹੋ ਜੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਵਰਗੀ ਗਿਆਨੀ ਤਾਰਾ ਸਿੰਘ ਅਤੇ ਸਵਰਗੀ ਸਰਦਾਰਨੀ ਮੁਖਤਿਆਰ ਕੌਰ ਦੇ ਗ੍ਰਹਿ ਵਿਖੇ ਹੋਇਆ ਸੀਗਾ ਜੀ। ਜਦੋਂ ਮੇਰਾ ਜਨਮ ਹੋਇਆ ਅਸੀਂ 5 ਭਰਾ ਅਤੇ 2 ਭੈਣਾਂ ਅਸੀਂ ਉਦੋਂ ਕੋਈ ਜ਼ਿਆਦਾ ਵਧੀਆ ਜ਼ਿਮੀਦਾਰ ਨਹੀਂ ਸੀ ਗਰੀਬ ਜ਼ਿਮੀਦਾਰ ਸੀ ਅਸੀਂ। ਸਾਡੇ ਬਾਪੂ ਜੀ ਉਹਨਾਂ ਨੇ ਦੇਖਿਆ ਵੀ ਫੈਮਿਲੀ ਵੱਡੀ ਹੈ ਸਾਡੇ ਕੋਈ ਵਧੀਆ ਇਨਕਮ ਦਾ ਸੋਰਸ ਨਹੀਂ ਉਹਨਾਂ ਨੇ ਫਿਰ ਲਾਊਡ ਸਪੀਕਰ ਲਿਆ ਸੀ ਜਿਹੜਾ ਅੱਗੇ ਮੰਜੇ ਲਾ ਕੇ ਲੱਗਦਾ ਹੁੰਦਾ ਸੀ। ਅੱਛਾ ਜੀ। ਸਾਡਾ ਲਾਊਡ ਸਪੀਕਰ ਇੰਨਾ ਵਧੀਆ ਸੀ ਵੀ 25 ਕਿਲੋਮੀਟਰ ਦੇ ਦਾਇਰੇ 'ਚ ਸਾਡਾ ਜਿਹੜਾ ਸੀ ਲਾਊਡ ਸਪੀਕਰ ਵਿਆਹਾਂ ਦੇ ਪ੍ਰੋਗਰਾਮਾਂ 'ਤੇ ਜਾਂਦਾ ਹੁੰਦਾ ਸੀਗਾ। ਉਹਨਾਂ ਦਿਨਾਂ 'ਚ ਨਾ ਤਾਂ ਟੇਪ ਰਿਕਾਰਡਰ ਵਗੈਰਾ ਹੁੰਦੇ ਸੀ ਲੋਕਾਂ ਦਾ ਜ਼ਰੀਆ ਇੱਕੋ ਹੀ ਕਿਸੇ ਰਾਤ ਨੂੰ ਲਾਊਡ ਸਪੀਕਰ ਲੱਗਦੇ ਸੀ ਉਹਨਾਂ ਰਾਹੀਂ ਜਿਹੜੀ ਉਹਨਾਂ ਦੀ ਜਿਹੜੀ ਹੈਗੀ ਇਹ ਜਿਹੜਾ ਇੰਜੋਇਮੈਂਟ ਰੀਕ੍ਰੀਏਸ਼ਨ ਜਿਹੜਾ ਉਹਨਾਂ ਦਾ ਹੁੰਦਾ ਸੀਗਾ
रात को सुनने गीत, इस करके लोगों को गीत घट याद होंगे जी, क्योंकि रात में जो सुन ले असं वह गीत रोज़ ला ला के सुनते जी। मैनू मुहम्मद सदीक, रणजीत कौर, हरचरण गरेवाल, सुरेंद्र कौर, केदीप जगमोहन कौर, अपने दूजा ढाडी अमर सिंह शौंकी, इन्हों का जो काफ़ी सारा मैटर मैं जवानी याद सीगा जी। एक बार सबब असल जो बापू जी उन्हें उदो साई जाती थी 30 रुपये तो साडा रेडियो जाता हूँ सी लाउड स्पीकर। बापू जी उन्हें की करते जी, सानू निक्के हुंदियां नाल लै जांदे। एक मेरा छोटा भरा हुण अजकल डिस्ट्रिक्ट अटॉर्नी लग्या होया जलंधर, असीं दोनों गाउंदे हुंदे सीगे, तो बापू जी ने सानू नाल लैके जाना, तो जो कट वट हो जाना रात उन्होंने सानू गाउण ला दिया करना। फिर उत्थे बुढ़िया ने ते बंदे ने सानू एक एक रुपया दे के आना। बापू जी ने तो लाउड स्पीकर दे लेके आया करना 30 रुपये, तो असीं लैके आया करना 100 रुपया। तो बापू जी ने भी लालच हो गया भी चल मैं बच्चों ले जाया करूँगी, पैसे चल होर बन जा करे। तो इस तरह साडे अंदर भी जो कॉन्फिडेंस वाधा चले गया। एक बार एक ऐसा सबब होया, साडे पिंड एक कुड़ी का ब्याह थी, नरेंद्र बीबा जी ने आना सीगा। नरेंद्र बीबा जी की टायर का कितने घुआड़े पेंचर हो गया, तो बीबा जी हो गए लेट। इधर बरातियां ने रौला पाता भी गाने वाली नहीं लगी, भी गाने वाली लगी। पिंड वाले कहते भी आप उन्होंने मुंडे ने लिया, वो दुनिया टका दूगा। मैं जी बिना किसी साजा तो बीबा जी के सारे गीत गाने शुरू करते। इन दी मीन टाइम अद्धे घंटे के बीबा जी आ गए। बीबा जी आ गए, किसी ने मैंने कहता भी किसी के गीत कोई गा नहीं गा सकता, हुण बीबा जी इत्थे तेरा झट्टा पट्टूगी कुट्टूगी तैनू। तो मैं छाल मारी तो आपदा आपके घर चले गया। बीबा जी ने पहला तो बड़ी सॉरी फील की भी मैं लेट हो गई, प्रॉब्लम सी भी एक तो थोड़े सड़क के उत्ते रेता बहुत सी, साडा कार टायर पेंचर हो गया जी। अद्धा घंटा बीबा जी ने कली ने गीत गा के ना दुनिया टकाती। फिर बीबा जी ने एक अनाउंसमेंट की भी मेरे आने तो पहले इतने एक कुड़ी गाँवी सी, बड़ा सुरीला गाँवी सी, तुम मैंने कुड़ी के दर्शन कराओ। अच्छा, साडे पिंड के मुंडे कहते भी कुड़ी नहीं सी बी, वह साडे पिंड का मुंडा संगाऊ जा। हाँ भोला जा बोलता। तो जी फिर साड़ी बीबी का बीबी हूँ मैंने कुटू, साड़ी बीबी बहुत फिलोसफर सी। हाँ। वो कहती कुटदी नहीं पुत, तैनू कुछ ना कुछ बना के भेजूगी तू जा। पहला तो मैं नॉर्मल कपड़े सी, फिर मेरी बीबी ने मेरे वधिया लंबी निकर पा के कमीज पा के ते सिर ते रुमाल बना के बन के मैंने भेजता जी, मैंने उपर चढ़ाता। हूँ बीबा जी मैंने पुछते हैं कहती बेटा तैनू मेरे कि गीत आते हैं, मैं जी मैंने सारे गीत आते हैं। कहती है कहते भी तू गीत ला कानू मारा ना चिट्टियां कपाह दियां फुट्टियां हाई नहीं ना, मैंने कहते सच कहते तू पेटी तो गा लेना। मैंने बिल्कुल नहीं सी पता भी जिहड़ा हैगा हारमोनियम नूं पेटी कहिंदे ने। मैं वैसे ही कहता मैं हाँ जी मैं गा देना। बहुत तुसीं इहने कि मैं ट्रंक ते गा। ते फिर इह जी बीबा जी ने आप पेटी बजाई, मैं पहला गीत गाया चिट्टियां कपाह दियां फुट्टियां हाई नहीं पता हरे हरे। फिर मैंने आप कहा बीबा जी ने कहते भी तू गीत तैनू गीत आता, मेरा कन्न मार दें चंद्रिया शमका मैं कच्चे गिलास वर्गी। मैं कहा हाँ बीबा जी ये भी गाँव। फिर वो लाया तो फिर बीबा जी बड़े खुश होए, तो मैंने 5 रुपये का उन्होंने इनाम भी दिता है। अज असि 5 रुपये तो नहीं देने पर इस गाने के बोल हो जाए। अच्छा लो देखो जी देव साहब का गीत बड़ा वधिया, कुड़ी देखो अपने घर वाले प्रति कितनी संजीदा, ये इन्नी वधिया जानी हुण मैनू पता लगा, उदों तो इन्हां दे अर्थां दा नहीं पता। वो कहती भी जे तू मैं कुटेगा तैं रुल जाना, किन्ने वधिया दे बोल ने। मैं तो खैर सताई अंतरा ही सुनाऊँ क्योंकि टाइम टने अपना थोड़ा रह जाता। कानू मार दें चंदरिया शमका चंदरिया शमका मैं कच दे गिलास भरगी, फिर रोवेगा टिले जे बुल करके टिले जे बुल करके, बेपाली भी बजदों मर गई भाभी खचरी सिखावे तेरी तैनू बे ताइयों ने तो मैनू मारदा, पन चूड़िया तोड़ के गजरे तू काल जा बेगाना ठारदा, मर जाए बे जठानी जै खानी जठानी जै खानी, बे जेड़ी तेरे कन भर गई कानू मार दे चंदरिया शमका चंदरिया शमका मैं कच दे गिलास भरगी। वाह बहुत खूब, क्या बात, बहुत खूब। भाई जी जेकर कुल मिला के पूछा जाए तो भी हुण तक दे गीतकारी दे सफर दे विच तुसीं की खटिया की कमाया हुण तक ओह की है? देखो जी सब तो बड़ी दा गल भी गीतकारी दे सफर दे विच जिहड़ा सब तो बड़ी मेरी प्राप्ति आ ओह इह है भी दुनिया दे फकर गायक रब रूप गायक अमर सिंह चमकीला अते बीबा अमरजोत दे नाल मेरा नाम जुड़िया होया। जेकर ये जोड़ी मैनू ना गाँवी होंगी तो हो सकता
मैं अपने पिंड उपलों पर एक वसनीक तौर पर लिमिटेड होना सी। ते सब तो बड़ी तो यह जिन्ना च तक दुनिया ते अमर सिंह चमकीले ते अमरजोत दीआं बातां पैणगीआं मेरीआं भी नाल बातां पैणगीआं सब तो बड़ी कमाई जिन्हों रुपइयां दे विच दिनारां दे विच पाउंड्स दे विच डॉलर दे विच नहीं मापिया जा सकता है। ते दूसरी जिहड़ी फाइनैंशियल कमाई आ उह मैं तुहानूं दस्सदा भी 70,000 रुपया तां मैनूं अमर सिंह चमकीले ने दित्ता सी, 6,000 रुपया मैनूं दित्ता सीगा सरजीत बिदरखीए ने, 5,000 तो 50 गेड़ियां 'च सरदूल ने भी दिता सी जे मैं कहां भी जमा भी नहीं दिता हैगा। हाँ तो मनमोहन वारस मेरे को गीत लेके गए थी गुरु तेग बहादुर जी की कदल चौंक में दिल्ली 10,000 रुपया बिना पुछे मैनू 10 कैसटा देके तो उन्होंने हेठां रख के सीगे। तो जो बाहर आए सी मैं उन्होंने सी ऑफ करन आया तो उदों उन्होंने मैनू कहा सी बई भाजी थोड़ा जिहा असीं थोड़े उत्ते सेवा फल रखे हैं 10,000 रुपया देख के मैं क्या यार इन्ने भी पैसे मिल जाते हैं गीत बहुत वड्डे बंदे आ सोच पक्खों। हाँ सोच पक्खों जानी उन्होंने मेरा जो माण तान जो असली पक्या। बाकी मलकीत सिंह ने भी मैं 1.5 लाख के करीब पैसे देते थे, मैंने स्कूटर भी देके गया। सिविया साहब एक अज के दौर का मैं सवाल थोनू जरूर पूछना चाहनी हाँ, अमर सिंह चमकीला का कतल कर दिता गया लच्चर गाँवते या कॉम्पीटिटर ने कित जो भी सी पर जो लोग मानते ने यही सी कि लच्चर गाँवते अज की गायकी की जो गल करते हैं तो अज भी गीतों के दो अर्थे गल्लां हुंदियां ने, अज भी बहुत सारे गीत इहो जिहे ने जिहड़े तुसीं धीआं भैणां दे विच बैठ के नहीं सुन सकते जिन्हां दे अर्थ होर निकलते हैं, उदों मन ते किन्नी क सट वजदी आ वी उहनूं तां कतल करता जिहड़े अज गाउंदे ने इहनां नूं की कहोगे? क्योंकि मैं किसी संस्था का मैंबर नहीं जी, जे मैं संस्था का मैंबर हुंदा ना इह सारीआं गल्लां हाईलाइट कर दिंदा। अज तां बहुत ज़्यादा गंद पाया होया चमकीला तां उहदे विच आटे चों नमक भी आपां नहीं कह सकते भी बलगर सीगा। ਤੁਸੀਂ ਕਦੇ ਚਮਕੀਲੇ ਦੀਆਂ ਵੀਡੀਓ ਫਿਲਮਾਂ ਦੇਖੇ ਲਓ, ਬੀਬਾ ਅਮਰਜੋਤ ਕੌਰ ਦੇ ਕਦੇ ਸਿਰ ਤੋਂ ਚੁੰਨੀ ਨਹੀਂ ਸੀ ਲੈਂਦੀ, ਉਹਦੀ ਹਾਲਾਂਕਿ ਵਾਈਫ ਸੀ ਤਾਂ ਵੀ ਉਹਦੇ ਨਾਲ ਕੋਈ ਗਲਤ ਹਰਕਤ ਨਹੀਂ ਕਰਦਾ ਅਮਰ ਸਿੰਘ ਚਮਕੀਲਾ, ਕਿਉਂਕਿ ਮੂਹਰੇ ਭੈਣਾਂ ਬੈਠੀਆਂ ਸੀ ਆਪ ਤਾਂ ਛੋਟੀ ਨੂੰ ਭੈਣ ਛੋਟੀ ਨੂੰ ਵੀਰੇ ਵੀਰੇ ਕਹਿ ਕੇ ਇੰਨਾ ਸ਼ਿਸ਼ਟਾਚਾਰੀ ਮਾਲਕ ਸੀ ਅਮਰ ਸਿੰਘ ਚਮਕੀਲਾ। ਇੱਕ ਮੈਂ ਤੁਹਾਨੂੰ ਗੱਲ ਕਹਿਣੀ ਦੱਸਣੀ ਭੁੱਲ ਗਿਆ, ਅਮਰ ਸਿੰਘ ਚਮਕੀਲੇ ਨੇ ਜਦੋਂ ਉੱਥੇ ਗਏ ਸੀ 5 ਮੈਂਬਰੀ ਕਮੇਟੀ ਕੋਲ 25,000 ਰੁਪਇਆ ਦੇਣ ਦੀ ਕੋਸ਼ਿਸ਼ ਕੀਤੀ ਤੀ ਬਾਬਿਆਂ ਨੂੰ ਵੀ ਲੰਗਰ ਦੇ ਵਾਸਤੇ, ਉਹ ਕਹਿੰਦੇ ਨਾ ਚਮਕੀਲੇ ਅੱਜ ਤੇ ਤੂੰ 25,000 ਰੁਪਇਆ ਲਵਾਂਗੇ, ਕੱਲ੍ਹ ਨੂੰ ਲੋਕਾਂ ਨੇ ਇਹ ਕਹਿਣਗੇ ਨੇ ਵੀ ਤਾਂ ਬਾਬਿਆਂ ਨੂੰ ਮੁੱਲ ਲਿਆ ਵੀ ਤੂੰ ਇਹ 25,000 ਰੁਪਇਆ ਜਿਹੜਾ ਉਹਨਾਂ ਗਰੀਬਾਂ ਨੂੰ ਦਾਨ ਕਰਦੇ ਜਿਹੜੇ ਲੋੜਵੰਦ ਨੇ। ਫਿਰ ਅਮਰ ਸਿੰਘ ਚਮਕੀਲੇ ਨੇ ਮੈਨੂੰ ਜਵਾਹਰ ਨਗਰ ਕੈਂਪ ਦੇ ਬੈਕ ਸਾਈਡ 'ਤੇ ਇੱਕ ਸਰਕਾਰੀ ਸਕੂਲ ਆ, ਕਹਿੰਦਾ ਯਾਰ ਉਹਨਾਂ ਬੰਦਿਆਂ ਦੀ ਲਿਸਟ ਬਣਾ ਕੇ ਲਿਆਓ ਵੀ ਜਿਨ੍ਹਾਂ ਨੂੰ ਕੋਈ ਵਜ਼ੀਫਾ ਨਹੀਂ ਲੱਗਿਆ, 21 ਬੰਦਿਆਂ ਦੀ ਮੈਂ ਲਿਸਟ ਬਣਾ ਕੇ ਲੈ ਕੇ ਆਇਆ ਸੀਗਾ ਅਤੇ ਉਹਨਾਂ ਨੂੰ ਬਕਾਇਦਾ ਅਮਰ ਸਿੰਘ ਚਮਕੀਲਾ ਉਹਨਾਂ ਦੀਆਂ ਫੀਸਾਂ ਵੀ ਅਤੇ ਕਲੋਥਿੰਗ ਵੀ ਅਤੇ ਬੁੱਕਸ ਵਗੈਰਾ ਉਹਨਾਂ ਨੂੰ ਦਿੰਦਾ ਸੀਗਾ। ਹੁਣ ਆਪਾਂ ਆਈਏ ਅਸਲ ਸਵਾਲ ਦੇ ਉੱਤੇ, ਅਮਰ ਸਿੰਘ ਚਮਕੀਲੇ ਨਾਲ ਮਰਨ ਦਾ ਕੀ ਨੁਕਸਾਨ ਆ? ਇਹ ਬਹੁਤ ਘੱਟ ਲੋਕਾਂ ਨੂੰ ਗੱਲ ਹਜਮ ਹੋਣੀ ਹੈ। ਜਿਹੜੇ ਬੰਦੇ ਕਹਿੰਦੇ ਨਾ ਪੰਜਾਬ ਪੰਜਾਬੀ ਪੰਜਾਬੀ ਦੇ ਅਸੀਂ ਲੰਬਰਦਾਰ ਹਾਂ, ਉਹ ਇੱਕ ਸੁਰਖੀਆਂ ਦੇ ਵਿੱਚ ਛਪੇ ਹੋਏ ਨੇ। ਜਿੰਨਾ ਕਾਣ ਜਿੰਨਾ ਨੁਕਸਾਨ ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਅਮਰ ਸਿੰਘ ਚਮਕੀਲੇ ਦੇ ਮਰਨ ਤੋਂ ਬਾਅਦ ਹੋਇਆ ਉਹ ਨਹੀਂ ਹੋਇਆ ਕਿਸੇ ਨੂੰ ਡਾਈਜੈਸਟ ਹੋਵੇ ਚਾਹੇ ਨਾ। ਪੰਜਾਬੀ ਗਾਇਕੀ ਦੀ ਅਮਰ ਸਿੰਘ ਚਮਕੀਲੇ ਤੋਂ ਬਾਅਦ ਦੇਖ ਲਓ, 88 ਦੇ ਵਿੱਚ ਅਮਰ ਸਿੰਘ ਚਮਕੀਲੇ ਦੀ ਮੌਤ ਹੁੰਦੀ ਆ, 99 ਤੋਂ ਬਾਅਦ ਜਿੰਨਾ ਵੀ ਮਤਲਬ ਵੈਸਟਰਨ ਕਲਚਰ ਸੀਗਾ ਉਹ ਇਹਦੇ ਵਿੱਚ ਇੰਟਰੋਡਿਊਸ ਕਰ ਗਿਆ। ਕਿੱਥੇ ਕਦੇ ਕੋਈ ਸਮਾਂ ਹੁੰਦਾ ਸੀਗਾ ਵੀ ਪੰਜਾਬੀ ਦੀਆਂ ਤਾਲਾਂ ਪੰਜਾਬੀ ਦੇ ਗੀਤ ਪੰਜਾਬੀ ਦੀ ਗਾਇਕੀ ਬੰਬੇ ਦੇ ਫਿਲਮਾਂ ਦੇ ਵਿੱਚ ਹਾਵੀ ਸੀ? ਅੱਜ ਪੰਜਾਬੀ ਦੀ ਜਿਹੜੀ ਗਾਇਕੀ ਆ ਉਹ ਆਪਣਾ ਮੂੰਹ ਮੱਥਾ ਗੁਆ ਚੁੱਕੀ ਆ, ਵੈਸਟਰਨ ਤਾਲਾਂ ਦੇ ਵਿੱਚ ਚੱਲ ਰਹੀਆਂ ਨੇ ਜਿਹਦਾ ਕੋਈ ਗੀਤ ਦਾ ਕੋਈ ਮਕਸਦ ਨਹੀਂ ਕੋਈ ਮੈਸੇਜ ਨਹੀਂ ਕੋਈ ਉਹ ਨਹੀਂ। ਗੀਤ ਜਿਹੜੇ ਵਿਊਜ਼ ਨੇ ਉਹ ਕਰੋੜਾਂ ਦੇ ਮਿਲੀਅਨਾਂ ਦੇ ਵਿੱਚ ਉਹ ਲੈਂਦਾ ਹੈਗਾ ਪਰ ਨਾ ਕਿਸੇ ਦੇ ਮੂੰਹ 'ਤੇ ਚੜਿਆ ਹੁੰਦਾ ਨਾ ਕਿਸੇ। ਅਮਰ ਸਿੰਘ ਚਮਕੀਲੇ ਦੇ ਜਿਹੜੇ ਗੀਤ ਨੇ ਉਹ ਤਾਂ ਮੂੰਹ 'ਤੇ ਚੜੇ ਹੋਏ ਨੇ, ਮਿਊਜ਼ਿਕ ਦੇ ਪੀਸ ਵੀ ਲੋਕਾਂ ਨੂੰ ਯਾਦ ਨਹੀਂ ਵੀ ਇੱਥੇ ਇੱਦਾਂ ਵੱਜਦਾ ਸੀ ਇੱਦਾਂ ਵੱਜਦਾ ਸੀ। ਜੇ ਇਹਦਾ ਮਤਲਬ ਉਹ ਉਹਦੇ ਜਿਹੜੀ ਗੀਤ ਜਿਹੜੀ ਗਾਇਕੀ ਸੀਗੀ ਉਹਦੀ ਉਹਦੇ ਵਿੱਚ ਕੋਈ ਗੱਲ ਸੀ, ਇਹਦਾ ਤਾਂ ਕਾਰਨ ਸੀ। ਦੂਸਰੀ ਕਾਰਨ ਅਮਰ ਸਿੰਘ ਚਮਕੀਲਾ ਹੁਣ ਵੀ ਆਪਣੇ ਆਪ ਨੂੰ ਪਰਿਪੱਕ ਗਾਇਕ ਨਹੀਂ ਸੀ ਮੰਨਦਾ, ਨਿੱਤ ਨਵੇਂ ਤਜਰਬੇ ਕਰਦਾ ਸੀ, ਰਿਆਜ਼ ਨਹੀਂ ਸੀ ਛੱਡਦਾ, ਹਰੇਕ ਕੈਸਟ ਨੂੰ ਇਸ ਢੰਗ ਨਾਲ ਤਿਆਰ ਕਰਦਾ ਸੀ ਵੀ ਮੇਰੀ ਇਹ ਪਹਿਲੀ ਕੈਸਟ ਆ। ਇੰਨਾ ਜਣੀ ਡਿਵੋਟਡ ਸੀਗਾ ਅਮਰ ਸਿੰਘ ਚਮਕੀਲਾ। ਜੇ ਕਿਤੇ ਅਮਰ ਸਿੰਘ ਚਮਕੀਲੇ ਦੀ ਮਿਹਨਤ ਨੂੰ ਦੇਖਿਆ ਹੁੰਦਾ ਇਹਨਾਂ ਨੇ ਜਿਨ੍ਹਾਂ ਨੇ ਗੋਲੀਆਂ ਮਾਰਨੀਆਂ ਨੇ, ਮੈਂ ਗਰੰਟੀ ਨਾਲ ਦਿੰਦਾ ਵੀ ਜੇ ਉਹਨਾਂ ਦੇ ਅੰਦਰ ਇੱਕ ਕੀੜੀ ਕੁ ਜਿੰਨਾ ਵੀ ਦਿਲ ਹੁੰਦਾ ਤਾਂ ਅਮਰ ਸਿੰਘ ਚਮਕੀਲੇ ਦਾ ਕਤਲ ਨਹੀਂ ਸੀ ਕਰਦੇ। ਹਾਂ ਜਿਨ੍ਹਾਂ ਨੇ ਕਤਲ ਕੀਤਾ 17 ਪੀੜ੍ਹੀਆਂ ਨਰਕਾਂ ਜਾਣਗੀਆਂ, ਬਹੁਤ ਵੱਡਾ ਪਾਪ ਕੀਤਾ, ਬਹੁਤ ਵੱਡਾ ਪਾਪ ਕੀਤਾ। ਅਜੇ ਵੀ ਕਈ ਬੰਦੇ ਇਹ ਕਹਿੰਦੇ ਨੇ ਅਸੀਂ ਮਾਰਿਆ। ਮੈਂ ਕਹਿੰਦਾ ਐਡਾ ਧਾਰਮਿਕ ਬੰਦਾ ਮਾਰਿਆ ਇਹ, ਇਹਨਾਂ ਨੂੰ ਇਹਨਾਂ ਨੇ ਪੰਜਾਬੀ ਅੱਧਾ ਘਾਣ ਕਰਤਾ ਜਿਨ੍ਹਾਂ ਨੇ ਵੀ ਅਮਰ ਸਿੰਘ ਚਮਕੀਲਾ। ਇੱਕ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਮਾਰਿਆ ਉਹਨੂੰ, 14 ਬੰਦਿਆਂ ਨੇ ਲਈ ਸੀ ਮਾਰਨ ਵਾਲੇ 4 ਜੀ, ਆਹ ਵੀ ਉਦੋਂ 19 ਬੰਦੇ ਮਾਰ ਕੇ ਤਾਂ ਕਹਿੰਦੇ ਸੀ ਸਾਡਾ ਘਰ। ਸਮਾਂ ਆਪਣੇ ਕੋਲ ਹੁਣ ਥੋੜ੍ਹਾ ਰਹਿ ਗਿਆ ਜੀ, ਅਤੇ ਮੈਂ ਚਾਹੁੰਦੀ ਹਾਂ ਵੀ ਇਸ ਤੋਂ ਪਹਿਲਾਂ ਕਿ ਸਮਾਂ ਮੁੱਕੇ ਆਪਾਂ ਤੁਹਾਡੇ ਮੂੰਹੋਂ ਗੀਤ ਜ਼ਰੂਰ ਸੁਣ ਲਈਏ ਵੀ ਸਾਥੋਂ ਬਾਬਾ ਖੋਲਿਆ ਤੇਰਾ ਲੰਕਾ। ਵਾਹ ਜੀ ਵਾਹ, ਦੇਖੋ ਜੀ ਗੱਲ ਇਹ ਆ
ਬਈ ਬੱਬਰ ਸ਼ੇਰ ਆਵਾਜ਼ ਦੇ ਵਿੱਚ ਇਹ ਗੀਤ ਰਿਕਾਰਡ ਹੋਇਆ, ਮੈਂ ਗਾਇਆ। ਇਸ ਗੀਤ ਨੇ ਮੈਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿੱਤਾ। ਕਿਸੇ ਦਿਨ ਗੀਤ ਲੱਗਦਾ ਹੁੰਦਾ ਸੀ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਆ, ਨੀਝਾਂ ਲਾ ਲਾ ਵਹਿੰਦੀ ਦੁਨੀਆ ਸਾਰੀ ਆ। ਅਸੀਂ ਕਹਿੰਦੇ ਸੀ ਵੀ ਇਹ ਗੀਤ ਦਾ ਕਦੇ ਕੋਈ ਸਬਸਟੀਚਿਊਟ ਵੀ ਆਜੂਗਾ। ਮੈਂ ਹੁਣ ਫਖਰ ਨਾਲ ਕਹਿ ਸਕਦਾ, ਹੰਕਾਰ ਨਾਲ ਨਹੀਂ ਕਹਿੰਦਾ, ਵੀ ਜਿੰਨੀਆਂ ਗਰਾਫ ਜਿੰਨਾ ਉਚਾਣ ਜਮਲਾ ਸਾਹਿਬ ਦੇ ਇਸ ਗੀਤ ਨੇ ਖੱਟੀ ਤੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ, ਓਨੀ ਹੀ ਉਚਾਣ ਤੱਕ ਸਾਤੋ ਬਾਬਾ ਖੋਲ੍ਹਿਆ ਤੇਰਾ ਨਨਕਾਣਾ ਇਸਨੇ ਖੱਟੀ ਸੀ। ਖੈਰ ਮੈਂ ਚਮਕੀਲੇ ਵਾਲੀਆਂ ਸੁਰਾਂ ਤਾਂ ਨਹੀਂ ਲਾਤਾ, ਤੁਸੀਂ ਮੇਰੀ ਛੋਟੀ ਭੈਣ ਹਰਮਨ ਤੈਂ ਕਹਿਤਾ, ਮੈਂ ਤੇਰੇ ਕਹੇ ਤੇ ਹੁਣ ਮੈਂ ਜਿੰਨਾ ਕਹਾਇਆ ਮੈਂ ਗਾਉਣਾ, ਤੁਸੀਂ ਵੀ ਪ੍ਰਵਾਨ ਕਰਿਓ। ਸੋ ਮੇਰੀ ਦਰਸ਼ਕਾਂ ਨੂੰ ਬੇਨਤੀ ਆ, ਤੁਸੀਂ ਵੀ ਪ੍ਰਵਾਨ ਕਰਿਓ। ਜਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮਕਾਈ, ਹੋਏ ਪਿਆਸੇ ਖੂਨ ਦੇ ਬਈ ਪਾਈ ਪਾਈ, ਕੀਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ, ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਪਾਣੀ ਵੰਡ ਲੈ ਜ਼ਾਲਮਾਂ ਧਰਤੀ ਮਰੋਈ, ਅੱਖੀਆਂ ਕੇ ਤੱਕ ਲੈ ਦੁਨੀਆ ਅਦਮੋਈ, ਸੱਚ ਚਮਕੀਲੇ ਆਖਦਾ ਸੀ ਵੀ ਆ ਮਰ ਜਾਣਾ, ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ। ਵਾਹ, ਬਹੁਤ ਖੂਬ, ਬਹੁਤ ਹੀ ਖੂਬ, ਬਹੁਤ ਕਮਾਲ। ਜਿਹੋ ਜਿਹਾ ਪ੍ਰਭਾਵ ਉਸ ਵੇਲੇ ਸੀ ਅਤੇ ਇਸ ਗੀਤ ਦੇ ਅਰਥ, ਇਸ ਗੀਤ ਦਾ ਅਸਰ ਇਹ ਅੱਜ ਦੇ ਪ੍ਰਸੰਗ ਦੇ ਵਿੱਚ ਵੀ ਉਨਾ ਹੀ ਉਨਾ ਹੀ ਹੈ ਜੀ। ਬਹੁਤ ਚੰਗੀ ਗੱਲ ਆ ਬਾਈ ਜੀ। ਇੱਕ ਗੱਲ ਦੱਸੋ ਵੀ ਜਿਹੜੀ ਅੱਜ ਕੱਲ੍ਹ ਦੀ ਗੀਤਕਾਰੀ ਆ ਜੀ, ਜਿਹੜੇ ਨਵੇਂ ਪੂਰ ਦੇ ਮੁੰਡੇ ਲਿਖਦੇ ਆ, ਕਈ ਤਾਂ ਸਾਨੂੰ ਕਹਿੰਦੇ ਵੀ ਆਪਾਂ 3 ਲੱਖ ਰੁਪਈਆ ਵੀ ਲੈਨੇ ਗਾਣੇ ਦਾ। ਮੈਂ ਪੁੱਛਦਾ ਹੁੰਦਾ ਵੀ ਹੀਰਾ ਕਿਹੜੇ ਪਾਸੇ ਲੱਗਿਆ ਪੈਣ ਦੇ, ਤੁਹਾਨੂੰ ਵੀ ਕਦੇ ਇੰਨੇ ਪੈਸੇ ਕਿਸੇ ਨੇ ਕਿਹਾ? ਮੈਂ ਤਾਂ ਜੀ 3 ਲੱਖ ਰੁਪਏ ਕਦੇ, ਹਾਲਾਂਕਿ ਮੈਂ ਗਜਟਡ ਅਫੀਸਰ ਹਾਂ, ਮਤਲਬ ਮੈਂ ਜਾਣੀ ਮਤਲਬ ਮੈਂ ਤਾਂ 3 ਲੱਖ ਰੁਪਈਆ ਕਦੇ ਟੇਬਲ 'ਤੇ ਪਿਆ ਨਹੀਂ ਦੇਖਿਆ, ਬੈਂਕਾਂ ਦੇ ਕਾਊਂਟਰਾਂ ਦੇ ਪਿੱਛੇ ਜ਼ਰੂਰ ਦੇਖੇ ਨੇ। ਹਾਂ, ਦੇਖੋ ਜੀ, ਮੈਨੂੰ ਸਭ ਤੋਂ ਵੱਧ ਜੇ ਗੀਤਾਂ ਦਾ ਮੁੱਲ ਦਿੱਤਾ, ਜੇ ਹੁਣ ਜੇ ਗੀਤਾਂ ਦਾ ਮੁੱਲ ਕਹੀਏ, ਸਭ ਤੋਂ ਵੱਧ ਮੈਨੂੰ ਗੀਤਾਂ ਦਾ ਮੁੱਲ ਦਿੱਤਾ ਅਮਰ ਸਿੰਘ ਚਮਕੀਲੇ ਨੇ, ਜਿਹੜਾ ਮੈਂ ਦੇ ਨਹੀਂ ਸਕਦਾ, ਜਿਹਨੂੰ ਨਾ ਡਾਲਰਾਂ 'ਚ, ਨਾ ਰੁਪਈਆਂ 'ਚ, ਨਾ ਦਿਨਾਰਾਂ 'ਚ, ਨਾ ਯੂਰੋ 'ਚ, ਨਾ ਪਾਉਂਡ ਦੇ ਵਿੱਚ ਮਾਪਿਆ ਜਾ ਸਕਦਾ। ਸਿਵਿਆ ਸਾਹਿਬ, ਤੁਸੀਂ ਬਹੁਤ ਸਾਰੇ ਗਾਇਕਾਂ ਨਾਲ ਵਿਚਰ ਕੇ ਦੇਖਿਆ, ਤੁਹਾਨੂੰ ਹਰੇਕ ਗਾਇਕ ਦੀਆਂ ਚੰਗੀਆਂ ਮਾੜੀਆਂ ਆਦਤਾਂ ਦੇ ਬਾਰੇ 'ਚ ਵੀ ਪਤਾ ਹੋਏਗਾ, ਕਈ ਭੇਤ ਪਤਾ ਹੋਣਗੇ, ਪਰ ਅੱਜ ਦੇ ਗਾਇਕ ਉਹਨਾਂ ਗਾਇਕਾਂ ਨਾਲੋਂ ਬਹੁਤ ਵੱਖਰੇ ਨੇ, ਬਹੁਤ ਫਰਕ ਹੈ। ਅੱਜ ਦੇ ਗਾਇਕ ਜਿਹੜੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਹੰਕਾਰ ਹੈ, ਹੈ ਨਾ। ਅੱਜ ਉਹ ਕਹਿੰਦੇ ਨੇ ਵੀ ਅਸੀਂ ਤਾਂ ਜੀ ਗੰਡਾਸੇ 'ਤੇ ਰੋਟੀ ਰੱਖ ਕੇ ਖਾਂਦੇ ਹਾਂ, ਕੋਈ ਕਹਿੰਦਾ ਜੀ ਕੁਛ ਵੀ, ਅਸੀਂ ਲੋਕਾਂ ਨੂੰ ਕੁਛ ਜਾਣਦੇ ਨਹੀਂ, ਜਿਹੜਾ ਜੋ ਮਰਜ਼ੀ ਕਹੀ ਜਾਵੇ। ਸੋ ਇਹ ਜੋ ਗਾਇਕਾਂ ਦਾ ਰਵੱਈਆ ਹੈ ਲੋਕਾਂ ਦੇ ਪ੍ਰਤੀ, ਜਿਹੜੇ ਉਹਨਾਂ ਦੇ ਸਰੋਤੇ ਨੇ ਉਹਨਾਂ ਦੇ ਪ੍ਰਤੀ, ਇਹਨੂੰ ਕਿੱਥੋਂ ਤੱਕ ਵਾਜਬ ਸਮਝ? ਸੁਣੋ, ਦੇਖੋ, ਨਸ਼ਿਆਂ ਦੀ ਗੱਲ ਅਤੇ ਹਥਿਆਰਾਂ ਦੀ ਗੱਲ ਪਹਿਲਾਂ ਤੋਂ ਹੀ ਹੁੰਦੀ ਹੈ ਯਾਰ, ਜਿਵੇਂ ਮੁੱਕ ਗਈ ਫੀਮ ਡੱਬੀ 'ਚੋਂ, ਜਦੋਂ ਸਦੀਕ ਸਾਹਿਬ ਨੇ ਗੀਤ ਗਾਤੀ, ਪਰ ਨਸ਼ੇ ਦੀ ਪ੍ਰਮੋਸ਼ਨ ਤਾਂ ਨਹੀਂ ਹੋਈ ਉਹਦੇ ਨਾਲ, ਕਿਉਂਕਿ ਫੀਮ ਸਾਡੇ ਬਜ਼ੁਰਗ ਅਕਸਰ ਖਾਂਦੇ ਰਹੇ ਨੇ, ਫੀਮ ਇੰਨਾ ਮਾਰੂ ਨਸ਼ਾ ਨਹੀਂ ਹੈਗਾ। ਹਥਿਆਰਾਂ ਦੀ ਵੀ ਗੱਲ ਹੋਈ ਆ ਪਹਿਲਾਂ, ਪਰ ਜਿੱਦਾਂ ਅੱਜ ਵਾਲੇ ਪ੍ਰਮੋਟ ਕਰ ਰਹੇ ਨੇ, ਇੱਦਾਂ ਤਾਂ ਆਪਾਂ ਹੁਣ, ਮੈਂ ਦੇਖੋ 26 ਸਾਲ ਮੈਂ ਸੈਸ਼ਨ ਜੱਜ ਸਾਹਿਬ ਦੇ ਨਾਲ ਸਟੈਨੋਗ੍ਰਾਫਰ ਰਿਹਾ, ਮੈਂ ਅੱਜ ਤੱਕ ਕੋਈ ਕੇਸ ਨਹੀਂ ਦੇਖਿਆ ਵੀ ਜਿੱਥੇ ਹਥਿਆਰਾਂ ਨਾਲ ਕਬਜ਼ਾ ਲੈ ਕੇ ਬੰਦੇ ਮਾਰ ਕੇ ਹਥਿਆਰਾਂ ਲੈ ਆਵੇ। ਪੰਜਾਬ ਦਾ ਜੱਟ, ਇੱਕ ਗਰੀਬ ਜੱਟ, ਪੰਜਾਬ ਦਾ ਜੱਟ, ਕਰਜ਼ੇ ਦਾ ਦਵਾਇਆ ਹੋਇਆ ਜੱਟ, ਪੰਜਾਬ ਦਾ ਜੱਟ, ਕੁੜੀਆਂ ਦੇ ਵਿਆਹਾਂ 'ਤੇ ਕਰਜ਼ੇ ਚੱਕਣ ਵਾਲਾ ਜੱਟ, ਪੰਜਾਬ ਦਾ ਜੱਟ ਸੂਸਾਈਡ ਕਰਨ ਵਾਲਾ ਜੱਟ, ਇਹਨਾਂ ਨੇ ਗੀਤਾਂ 'ਚ ਐਡਾ ਬਦਮਾਸ਼, ਐਡਾ ਗੰਦਾ ਬੰਦਾ ਬਣਾ ਕੇ ਪੇਸ਼ ਕੀਤਾ ਹੋਇਆ, ਇਹ ਪਤਾ ਨਹੀਂ ਕਿਹੜੇ ਪਾਸੇ ਨੂੰ ਚੱਲਦੇ ਨੇ, ਕਿਹੜੇ ਪਾਸੇ ਨੂੰ ਨਹੀਂ। ਹਾਲਾਂਕਿ ਜ਼ਿਆਦਾਤਰ ਕਬਜ਼ਾ ਇਸ ਟਾਈਮ ਪੰਜਾਬੀ ਗਾਇਕੀ ਦੇ ਜੱਟਾਂ ਦਾ ਹੀ, ਜੱਟਾਂ ਦੇ ਮੁੰਡੇ ਦਾ, ਪਰ ਜੱਟਾਂ ਦਾ ਜਲੂਸ ਉਹਨਾਂ ਨਹੀਂ ਕੱਢਿਆ ਪਿਆ। ਕੋਈ ਤੁਕ ਨਹੀਂ, ਕੋਈ ਸੁਰ ਨਹੀਂ, ਕੋਈ ਉਹਦੇ ਵਿੱਚ ਰਾਗਮੰਦੀ ਨਹੀਂ, ਕੋਈ ਉਹਦੇ ਵਿੱਚ ਜਾਣੀ ਮਤਲਬ ਤੁਹਾਨੂੰ ਕੋਈ ਰੀਕ੍ਰੀਏਸ਼ਨ ਕਰਦਾ ਨਹੀਂ ਤੁਹਾਡੀ ਮਾਇੰਡ ਦੀ, ਪਤਾ ਨਹੀਂ ਕਿੱਧਰ ਨੂੰ ਪਨੀਰੀ ਜਾ ਰਹੀ ਆ, ਸਾਡੇ ਨਜ਼ਰਾਂ ਲੱਗ ਗਈਆਂ ਸਾਡੇ ਕਲਚਰ ਨੂੰ। ਹਰਮਨ ਜੀ, ਹੁਣ ਦੇਖੋ ਸਮਾਂ ਨਾ ਜਿਹੜਾ ਉਹ ਕਹਿੰਦਾ ਸਮਾਪਤ ਕਰ ਦਿਓ ਜੀ, ਤੇ ਜਾਣ ਤੋਂ ਪਹਿਲਾਂ ਤੁਸੀਂ ਆਪਦਾ ਪਸੰਦੀਦਾ ਸਵਾਲ ਆ ਜਿਹੜਾ ਉਹ ਪੁੱਛ ਹੀ ਲਓ। ਸਿਵਿਆ ਸਾਹਿਬ, ਤੁਹਾਨੂੰ ਚੱਜ ਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ? ਮੈਨੂੰ ਜੀ ਚੱਜ ਦਾ ਵਿਚਾਰ ਚਾ ਕੇ ਬਹੁਤ ਵਧੀਆ ਲੱਗਿਆ। ਸਭ ਤੋਂ ਵੱਡੀ ਗੱਲ ਤਾਂ ਇਹ ਲੱਗੀ ਮੈਨੂੰ ਵੀ ਜਿਨ੍ਹਾਂ ਨੂੰ ਮੈਂ ਪਰਦੇ 'ਤੇ ਦੇਖਦਾ ਸੀ ਉਹ ਪਵਿੱਤਰ ਰੂਹਾਂ ਅੱਜ ਮੇਰੇ ਘਰ ਦੇ ਵਿੱਚ ਆਈਆਂ। ਮੇਰੀ ਛੋਟੀ ਭੈਣ ਹਰਮਨ ਆਈ ਅਤੇ ਮੇਰਾ ਭਰਾ ਸੁਵੰਤ ਸਿੰਘ ਟਹਿਣਾ ਆਇਆ। ਮੈਂ ਇਹਦੇ
ਆਰਟੀਕਲ ਅਜੀਤ 'ਚ ਪੜ੍ਹਦਾ ਹੁੰਦਾ ਸੀ, ਕਦੇ ਸੋਚਦਾ ਹੁੰਦਾ ਸੀ ਵੀ ਸਾਡੇ ਬਾਰੇ ਵੀ ਕੁਛ ਕਰਨਗੇ, ਮੈਨੂੰ ਕੀ ਪਤਾ ਸੀ ਵੀ ਐਡਾ ਵੱਡਾ ਪ੍ਰੋਗਰਾਮ ਮੇਰੇ ਘਰ ਲੈ ਕੇ ਆਉਣਗੇ ਇਹ। ਬਹੁਤ ਮਿਹਰਬਾਨੀ, ਪਰਮਾਤਮਾ ਤੁਹਾਡੀ ਜੋੜੀ ਨੂੰ ਵੀ ਸਲਾਮਤ ਰੱਖੇ, ਤੁਹਾਡੇ ਪ੍ਰਾਈਮ ਏਸ਼ੀਆ ਟੀਵੀ ਨੂੰ ਵੀ ਸਲਾਮਤ ਰੱਖੇ। ਸੋ ਮੇਰੀ ਬੇਨਤੀ ਆ, ਕਿਸੇ ਮੇਰੀਆਂ ਇਹਨਾਂ ਗੱਲਾਂ ਬਾਤਾਂ ਨਾਲ ਕਿਸੇ ਦੇ ਹਿਰਦੇ ਨੂੰ ਕੋਈ ਚੋਟ ਵੱਜੀ ਹੋਏ ਮੈਨੂੰ ਮਾਫੀ ਦੇ ਦਿਓ। ਤੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਵੀਆ ਸਾਹਿਬ ਤੁਸੀਂ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਲਿਖਦੇ ਰਹੋ ਤੇ ਬਹੁਤ ਕੁਝ ਤੁਸੀਂ ਵਿਚਰਦੇ ਰਹੋ, ਸਮਾਜ ਦੇ ਵਿੱਚ ਕਰਦੇ ਰਹੋ ਤੇ ਤੁਹਾਡਾ ਪੁੱਤ ਆ ਜਿਹੜਾ ਸੁਖੀ ਸਿਵੀਆਂ ਤੇ ਉਹ ਵੀ ਗੀਤਕਾਰੀ ਤੇ ਗਾਇਕੀ ਦੇ ਵਿੱਚ ਅੱਗੇ ਤੋਂ ਅੱਗੇ ਵਧਦਾ ਰਹੇ, ਗਾਇਕੀ ਦੇ ਖੇਤਰ 'ਚ ਪੱਕੇ ਪੈਰੀ ਹੋਵੇ। ਧੰਨਵਾਦ, ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ। ਧੰਨਵਾਦ ਤੇ ਦਿਲੋਂ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫੇਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਫਿਲਹਾਲ ਦੇ ਲਈ ਪ੍ਰੋਗਰਾਮ ਅਸੀਂ ਇੱਥੇ ਸਮੇਟਦੇ ਹਾਂ ਜੀ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਿੰਨਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।